ਤੇ 200 ਸੀ ਜੱਗਾ ਮਲਕ ਜੀ ਉਹ ਜਾਫੀ ਨੇ ਜੱਫਾ ਲਾ ਦਿੱਤਾ ਧੰਨੇ ਨੇ ਤੇ ਇਧਰ ਕਬੱਡੀ ਕਹਿੰਦੇ ਰਿੱਕੀ ਪਾ ਰਿਆ ਤੇ ਕੰਤਾ ਰਸੂਲਪੁਰ ਵਾਲਾ ਪੂਰੇ ਪੰਜਾਬ ਦੇ ਵਿੱਚ 34 ਪਿੰਡ ਆ ਜਿਹੜੇ ਪਿੰਡਾਂ ਦਾ ਰਸੂਲਪੁਰ ਨਾਮ ਆ ਹਲੋ ਜਿਹੜਾ ਵੀਰੇ ਇਤਰਾਜ ਆਇਆ ਸੀਗਾ ਉਹ ਇਤਰਾਜ ਮੱਲਾ ਜੇਤੂ ਆ ਵੀਰੇ ਚਾਰੇ ਖੜਾਰੀ ਬਾਹਰੋਂ ਸੀਗੇ ਸਾਬਤ ਹੋ ਚੁੱਕਾ ਗਾ ਉਹਨਾਂ ਕੋਲ ਕੋਈ ਪ੍ਰੂਫ ਨਹੀਂ ਗਲਤ ਸੀਗਾ ਮੱਲਾ ਜੇਤੂ ਆ ਜੀ ਉਹਦੇ ਵਿੱਚੋਂ ਦਵਿੰਦਰ ਵੀ ਨੋਟ ਕਰ ਲੈਣਗੇ ਚੱਲ ਵੀ ਇਕਬਾਲ ਪਾਸ ਕਬੱਡੀ ਮੋਰਨਾਬੇ ਦੀ ਟੀਮ ਬਾਈ ਪੁੱਜ ਗਈ ਤਾਂ ਹੱਥ ਖੜਾ ਕਰ ਦੇਵੇ ਮੋਰਨਾਬਾ ਵਿੱਕੀ ਦੇ ਲਈ 1000 ਰੁਪਏ ਦੇ ਮਾਇਆ ਦੇ ਗੱਫੇ ਇੱਕ ਮਿੰਟ ਵਿੱਕੀ ਆਪਾਂ ਟੀਮਾਂ ਬਰਾ ਲਈ ਗਾਗੇਵਾਲ ਦੀ ਟੀਮ ਮੇਰਾ ਖਿਆਲ ਆ ਪੁੱਜ ਚੁੱਕੀ ਆ ਜੀ ਗਾਗੇਵਾਲ ਪੁੱਜ ਗਈ ਹੱਥ ਖੜਾ ਕਰੇ ਗਾਗੇਵਾਲ ਦੀ ਟੀਮ ਪੁੱਜ ਗਈ ਤਾਂ ਹੱਥ ਖੜਾ ਕਰ ਦੇਵੇ ਗਾਗੇਵਾਲ ਮੋਰਨਾਬਾ ਤੇ ਗਾਗੇਵਾਲ ਦੀਆਂ ਟੀਮਾਂ ਅਗਲੇ ਮੈਚ ਦੇ ਲਈ ਤਿਆਰੀ ਕਰ ਲੈਣਾ ਜਿਹੜੀ ਟੀਮ ਟਾਈਮ ਦੇ ਨਾਲ ਨਾ ਪੁੱਜੀ ਜੀ ਉਹ ਟੀਮ ਕੱਟੀ ਜਾਣੀ ਆ ਹੁਣ ਟੀਮਾਂ ਨੋਟ ਕਰ ਲੈਣਾ ਬਿੱਟੂ ਚੱਕ ਵਾਲਾ ਤੇ ਹਰਮਨ ਮਹਿਲ ਕਲਾਂ ਵਾਲਾ ਉਹ ਵੀ ਅਗਲੇ ਮੈਚ ਦੇ ਲਈ ਤਿਆਰੀ ਕਰਨਾ ਇਧਰ ਨਿੱਕਾ ਕਾਲਖ ਵਾਲਾ ਕਬੱਡੀ ਪਾ ਰਿਹਾ ਉਧਰ ਕਹਿੰਦੇ ਕਬੱਡੀ 365.com ਦੇ ਜ਼ਰੀਏ ਸੱਤਾ ਰਮਦਾਸ ਵਾਲਾ ਲੱਖੇ ਗਾਜੀਪੁਰੀਏ ਦਾ ਯਾਰ ਕਹਿੰਦੇ ਉਹ ਵੀ ਅੱਜ ਮੇਲੇ ਦਾ ਲਾਈਵ ਆਨੰਦ ਮਾਣ ਰਿਹਾ ਤੇ ਇਧਰ ਕਾਲਖ ਪਿੰਡ ਦਾ ਨਿੱਕਾ ਇਸ ਵੇਲੇ ਤਾਂ ਕਬੱਡੀ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਲਾਓ ਸਾਹਮਣੇ ਇਸ ਵੇਲੇ ਇਕਬਾਲ ਮੇਰੇ ਵੀਰੋ ਇੱਕ ਧਰਤੀ ਮਾਂ ਨੂੰ ਮੱਥਾ ਇਸ ਸਮੇਂ ਵੱਧ ਚੁੱਕਿਆ ਮੇਰੇ ਵੀਰੋ 15-20 ਕਾਲਮ ਅੱਗੇ ਨੂੰ ਪੁੱਟ ਕੇ ਨਾਲ ਜਾਂਦੇ ਮੇਰੇ ਵੀਰੋ ਘਰ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਯਾਦ ਬਾਮਾ ਖਿਲਾਰ ਦਿੱਤੀ ਹੈ ਤੇ ਚਾਰ ਰਿਆਸੀ ਲਓ ਪਾਲਾ ਮੇਰੇ ਵੀਰੋ ਇਹਦਾ ਵੀ ਬੜਾ ਨਾਮ ਚੱਲਦਾ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਵੇਖੋ ਮੁਕਾਬਲਾ ਸਖ਼ਤ ਤੇ ਪੁਆਇੰਟ ਇਸ ਸਮੇਂ ਧਾਵੀ ਦਾ ਮੈਚ ਵੀ ਸਮਾਪਤੀ ਹੈ ਬਾਬਾ ਜੀ ਆਪਾਂ ਪੁਆਇੰਟ ਕਿੰਨੇ ਇਸ ਮੈਚ ਤੇ ਜ਼ਰੂਰ ਬੋਲੀਏ ਵਧੀਆ ਮੈਚ ਖੇਡਿਆ ਗਿਆ ਬਾਬਾ ਹਰਨੇਕ ਸਿੰਘ ਜੀ ਨਾੜਕਸਰ ਕਲੇਰਾਂ ਵਾਲਿਆਂ ਦਾ ਅਸੀਂ ਧੰਨਵਾਦ ਕਰ ਰਹੇ ਹਾਂ ਇੱਕ ਮਿੰਟ ਵੀਰੇ ਭੰਮੀਪੁਰਾ ਤੇ ਜਗਰਾਉਂ ਦਾ ਫੁੱਟਬਾਲ ਦਾ ਸੈਮੀ ਫਾਈਨਲ ਮੈਚ ਹੋਣ ਲੱਗਾ ਭੰਮੀਪੁਰਾ ਵਰਸਾ ਜਗਰਾਉਂ ਦਾ ਅਸੀਂ ਭੰਮੀਪੁਰਾ ਦੀ ਟੀਮ ਨੂੰ ਸੌਂਹ ਖਵਾਉਣ ਲੱਗੇ ਆ ਕਿ ਕੋਈ ਵੀ ਪਲੇਅਰ ਮੈਚ ਸਾਂਝਾ ਕਰਕੇ ਨਾ ਖੇਡੇ ਕੱਲ ਨੂੰ ਪਿੰਡ ਵਾਸੀ ਇਤਰਾਜ ਨਾ ਕਰਨ ਕਿ ਭੰਮੀਪੁਰਾ ਸੈਮੀ ਫਾਈਨਲ ਤੇ ਜਗਰਾਉਂ ਨਾ ਕੋਈ ਮੈਚ ਅਸੀਂ ਭੰਮੀਪੁਰਾ ਦੀ ਟੀਮ ਨੂੰ ਰਿਕੁਐਸਟ ਕਰਾਂਗੇ ਕਿ ਉੱਥੇ ਗਰਾਊਂਡ ਦੀ ਸੌਂਹ ਖਾਣ ਤੇ ਕਿ ਮੈਚ ਵਿਦਆਊਟ ਕਿਸੇ ਆਪਸੀ ਤਾਲਮੇਲ ਤੋਂ ਖੇਡਿਆ ਜਾ ਰਿਹਾ ਇਧਰ ਬਈ ਪਿਆਰਾ ਪੁਆਇੰਟ ਨੇ ਕਾਸੀਆਂ ਦੇ ਤੇ 12.5 ਪੁਆਇੰਟ ਨੇ ਬੁੱਟੋ ਦੇ ਇੱਕ ਵਾਰੀ ਤਾੜੀਆਂ ਮਾਰ ਦੋ ਮੇਰੇ ਵੀਰੋ ਵਧੀਆ ਮੈਚ ਖੇਡਿਆ ਗਿਆ ਜੀ ਟੀਮ ਵੱਲੋਂ ਸੌਂਹ ਚੱਕਦੇ ਆ ਸਾਡਾ ਕੋਈ ਮੈਚ ਨਹੀਂ ਸਾਂਝਾ ਵਧੀਆ ਮੈਚ ਲਾਵਾਂਗੇ ਇਧਰ ਇੱਕ ਇਸੇ ਪਿੰਡ ਦਾ ਨੌਜਵਾਨ ਆ ਜੂਨੀਅਰ ਰੈਸਲਿੰਗ ਹੋਈ ਨੈਸ਼ਨਲ ਦੇ ਵਿੱਚੋਂ 골ਡ ਮੈਡਲ ਪ੍ਰਾਪਤ ਕੀਤਾ ਇਸ ਨੌਜਵਾਨ ਨੇ ਮਨਪ੍ਰੀਤ ਨਾਮ ਆ ਭੰਮੀਪੁਰ ਦਾ ਨਾਂ ਇਸ ਨੌਜਵਾਨ ਨੇ ਮਸ਼ਹੂਰ ਕੀਤਾ ਬਈ ਇਹਦੇ ਲਈ ਤਾੜੀ ਮਾਰ ਦਿਓ ਜ਼ੋਰਦਾਰ ਮਾਰ ਲਓ ਤਾੜੀਆਂ ਗੱਡ ਕੇ ਮੇਰੇ ਵੀਰੋ ਜਿਹੜੇ ਵੀ ਵੀਰ ਨਾਮ ਰੋਸ਼ਨ ਕਰਦੇ ਆ ਸੋ ਉਹਨਾਂ ਦਾ ਮੇਰੇ ਵੀਰੋ ਮਾਨ ਸਨਮਾਨ ਇਸ ਨੌਜਵਾਨ ਨੇ ਕਹਿੰਦੇ ਇੰਡੀਆ ਦੀ ਜਿਹੜੀ ਜੂਨੀਅਰ ਰੈਸਲਿੰਗ ਹੋਈ ਹੈ ਤੇ ਉਹਦੇ ਵਿੱਚੋਂ 골ਡ ਮੈਡਲ ਪ੍ਰਾਪਤ ਕੀਤਾ ਸੀਦ ਭਗਤ ਸਿੰਘ ਫਿਰ ਤੇ ਵੀਰੇ ਕਿਹੜੀ ਟੀਮ ਜਿੱਤੇ ਰਹੀ ਆ ਕਾਸੀਆਂ ਦੇ ਪੁੱਟਰ ਕਲਾਂ ਚੋਂ ਇਸ ਮੈਚ ਦੇ ਵਿੱਚ ਉਹਦੀ ਬੁੱਟਰ ਦੀ ਟੀਮ ਵਿਨਰ ਰਹੀ ਆ ਕਲਸੀਆਂ ਦੀ ਟੀਮ ਲੂਜ਼ ਕਰ ਚੁੱਕੀ ਆ ਉਧਰ ਸ਼ਹੀਦ ਭਗਤ ਸਿੰਘ ਕਲੱਬ ਦੇ ਵੱਲੋਂ ਮਨਪ੍ਰੀਤ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਬਈ ਤਾੜੀ ਜ਼ੋਰਦਾਰ ਮਾਰ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਵਾਹਿਗੁਰੂ ਮਿਹਰ ਕਰੇ ਮੁੰਡਾ ਹੋਰ ਤਰੱਕੀਆਂ ਕਰੇ ਜੱਗਾ ਮਲਕ ਜੀ 200 ਰੁਪਏ ਆਪਾਂ ਹਰਦਿਆਲ ਦੀਆਂ ਕਬੱਡੀਆਂ ਤੇ ਲਾਇਆ ਸੀ ਵੀਰਾ ਕਲਸੀਆਂ ਵਾਲਾ ਤੇ ਨਾਲ ਜੱਗਾ ਕਲਸੀਆਂ ਵਾਲਾ ਉਹ ਕਬੱਡੀ ਖਿਡਾਰੀ ਆਪਣਾ ਮਾਨ ਸਨਮਾਨ ਜਿਹੜਾ ਪ੍ਰਾਪਤ ਕਰ ਲੈਣਗੇ ਵੀਰਾ ਕਲਸੀਆਂ ਵਾਲਾ ਤੇ ਜੱਗਾ ਕਲਸੀਆਂ ਵਾਲਾ ਤੇ ਧੰਨਾ ਅਲੀਪੁਰ ਖਾਲਸੇ ਵਾਲਾ ਤੇ ਅਗਲੀ ਗੱਲ ਮਾਈਕ ਤੇ ਬਿੱਟੂ ਚੱਕ ਵਾਲਾ ਤੇ ਹਰਮਨ ਮਹਿਲ ਕਲਾਂ ਦੀ ਇਸ ਮਾਈਕ ਤੇ ਅਗਲੀ ਗੱਲ ਕਰਨਗੇ ਹੈਪੀ ਨਿਊਜ਼ੀਲੈਂਡ ਵੱਲੋਂ 100 ਰੁਪਏ ਦੇ ਮਾਨ ਸਨਮਾਨ ਭੇਜੇ ਅਸੀਂ ਧੰਨਵਾਦ ਕਰਦੇ ਹਾਂ ਇਧਰ ਜੱਗਾ ਚੱਕਰ ਲਈ 24 ਤੇ 25 ਤਰੀਕ ਨੂੰ ਮੇਰੇ ਵੀਰੋ ਖੁੱਲੇ ਸੱਦੇ ਦੇ ਰਹੇ ਆ ਮੇਰੇ ਵੀਰੋ ਖੁੱਲੇ ਸੱਦੇ ਦੇ ਰਹੇ ਆ ਮਲਕ ਦੇ ਟੂਰਨਾਮੈਂਟ ਦੀਆਂ ਡੇਟਾਂ ਕਬੱਡੀ ਓਪਨ ਦੇ ਵਿੱਚ 55,550 ਮੇਰੇ ਵੀਰੋ ਮਾਇਆ ਦੇ ਗੱਫੇ ਦਿੱਤੇ ਜਾਣੇ ਆ
ਤੇ 41,000 ਸੈਕਿੰਡ ਪ੍ਰਾਈਜ਼ ਤੇ 70 ਕਿਲੋ ਵਿੱਚ 15,000 ਤੇ 11,000 60 ਕਿਲੋ ਵਿੱਚ 7100 ਤੇ 5200 ਹਿੰਦੇ ਦੇ ਮਾਲਕ ਦਾ ਮਾਲਕ ਵਾਲੇ ਹਿੰਦੇ ਦਾ ਤੇ ਨਾਲ ਹੈਪੀ ਦਾ ਮਾਲਕ ਵਾਲੇ ਦਾ ਜੱਗਾ ਚੱਕਰ ਜੀ ਤੇ ਨਾਲ ਨਗਰ ਵੱਲੋਂ ਮੇਰੇ ਵੀ ਜੋ ਕਹਿੰਦੇ ਜੀ ਜਿਹੜਾ ਬੁਲਟ ਮੋਟਰਸਾਈਕਲਾਂ ਦੇ ਨਾਲ ਮਾਨ ਸਨਮਾਨ ਅਗਲੀ ਮੈਚ ਤੋਂ ਗੱਲ ਸਾਡਾ ਯਾਰ ਸਾਡਾ ਬਾਈ ਮੇਰੇ ਵੀਰੋ ਚੱਕ ਵਾਲਾ ਬਿੱਟੂ ਅਗਲੀ ਮੈਚ ਤੋਂ ਗੱਲ ਕਰੇਗਾ ਜੀ ਜਿਹੜੀ ਟੀਮ ਦਰਸ਼ਕ ਵੀਰੋ ਗਾਗੇ ਵਾਲ ਪਿੰਡ ਦੀ ਹੈ ਉਹ ਟੀਮ ਮੰਡੀ ਵਾਲੀ ਸਾਈਡ ਹੈ ਤੇ ਦੂਸਰੇ ਪਾਸੇ ਟੀਮ ਪਿੰਡ ਵਾਲੀ ਸਾਈਡ ਕਹਿ ਦਈਏ ਉਹ ਟੀਮ ਮੌੜ ਨਾਭੇ ਦੀ ਹੈ ਤੇ ਖੇਡ ਮੈਦਾਨ ਮੇਰੇ ਵੀਰੋ ਜੱਗਾ ਕਲਸੀਆਂ ਵਾਲਾ ਤੇ ਭੀਰਾ ਕਲਸੀਆਂ ਵਾਲਾ ਆਪਣਾ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਸਨਮਾਨ ਲੈ ਜਾਣ ਬਿੱਕੀ ਮੱਲੇ ਵਾਲੇ ਦਾ ਧੰਨਵਾਦ ਹੈ ਬਹੁਤ ਬਹੁਤ ਅੱਜ ਦਰਸ਼ਨ ਸਰਪੰਚ ਲੱਖੇ ਵਾਲੇ ਜਿੰਨੀ ਚੜ੍ਹਾਈ ਹੈ ਬਿੱਕੀ ਦੀ ਜੱਗਾ ਕਲਸੀਆਂ ਤੇ ਭੀਰਾ ਕਲਸੀਆਂ ਦੋਵੇਂ ਸਾਡੇ ਭਰਾ ਸਟੇਜ ਦੇ ਸਾਹਮਣੇ ਆ ਕੇ ਸਨਮਾਨ ਲੈ ਜਾਣ ਲਓ ਜਿਹੜਾ ਮੈਚ ਖੇਡਿਆ ਆ ਰਿਹਾ ਮੇਰੇ ਵੀਰੋ ਮੌੜ ਨਾਭਾ ਤੇ ਗਾਗੇਵਾਲ ਦੀਆਂ ਟੀਮਾਂ ਦੇ ਦਰਮਿਆਨ ਜਿਹੜੀ ਟੀਮ ਗਾਗੇਵਾਲ ਦੀ ਹੈ ਉਹ ਖੇਤਾਂ ਵਾਲੇ ਪਾਸੇ ਹੈ ਤੇ ਦੂਸਰੇ ਪਾਸੇ ਮੌੜ ਨਾਭੇ ਦੀ ਟੀਮ ਹੈ ਮੌੜ ਨਾਭੇ ਦੀ ਧਰਤੀ ਦਾ ਜੀਤਾ ਲੰਬੜਦਾਰ ਕਬੱਡੀ ਪਾ ਰਿਹਾ ਨੌਜਵਾਨ ਇਸ ਵੇਲੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਜੀਤਾ ਪਾ ਕੇ ਕਬੱਡੀ ਵਾਪਸ ਜਾਂਦਾ ਹੋਇਆ ਅਗਲਾ ਮੈਚ ਛੱਲਾ ਸਾਹਿਬ ਮੋਹੀ ਤੇ ਕੱਕੜਵਾਲ ਦੀਆਂ ਟੀਮਾਂ ਦਾ ਖੇਡਿਆ ਜਾਣਾ ਹੈ ਛੱਲਾ ਸਾਹਿਬ ਮੋਹੀ ਤੇ ਕੱਕੜਵਾਲ ਦੀਆਂ ਟੀਮਾਂ ਇਸ ਤੋਂ ਅਗਲੇ ਮੈਚ ਦੀਆਂ ਹੋਣਗੀਆਂ ਟੀਮਾਂ ਤਿਆਰੀ ਕਰਕੇ ਪੁੱਜਣ ਲਓ ਚੱਲਦੇ ਮੁਕਾਬਲੇ ਦੀ ਕਬੱਡੀ ਇਸ ਵੇਲੇ ਗਾਗੇਵਾਲ ਪਿੰਡ ਕਹਿੰਦੇ ਜ਼ਿਲ੍ਹਾ ਬਰਨਾਲਾ ਦਾ ਪਿੰਡ ਹੈ ਮੇਰੇ ਵੀਰੋ ਇਸ ਵੇਲੇ ਨੌਜਵਾਨ ਗਹਿਰੂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਗਾਗੇਵਾਲੀ ਨਿੱਕੇ ਦੀ ਖੇਡ ਕਬੱਡੀ ਦਾ ਬਾਰਸ ਕਬੱਡੀ ਪਾਉਂਦਾ ਹੋਇਆ ਉਧਰ ਨੌਜਵਾਨ ਫਰਦਾ ਗੁੱਟ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਵੱਜਦੀਆਂ ਨੇ ਕੈਂਚੀਆਂ ਤੇ ਧਾਵੀ ਇਸ ਵੇਲੇ ਮੇਰੇ ਵੀਰੋ ਪਾਣ ਲੈ ਕੇ ਆਪਣੀ ਟੀਮ ਵੱਲ ਜਾਂਦਾ ਹੋਇਆ ਅਗਲੀ ਕਬੱਡੀ ਕੌਣ ਪਾ ਰਿਹਾ ਮੇਰੇ ਵੀਰੋ ਕਹਿੰਦੇ ਵੀ ਦੁਨੀਆ ਨਾ ਕੋਈ ਜੱਗੀ ਕਹਿੰਦਾ ਕੋਈ ਬਲਜੀਤ ਕਹਿੰਦਾ ਪਰ ਦੁਨੀਆ ਭਰ ਦੇ ਵਿੱਚ ਪ੍ਰਸਿੱਧੀ ਮਿਲੀ ਆ ਕੀ ਨਾਮ ਹੈ ਪਲਵਾਨ 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 ਮੌੜ ਨਾਭੇ ਵਾਲਾ ਮੇਰੇ ਵੀਰੋ ਸਿਰੇ ਦਾ ਧਾਵੀ ਆ ਜਿਵੇਂ ਠੇਠ ਪੰਜਾਬੀ ਚ ਕਹਿੰਦੀ ਹੈ ਗੱਜ ਚੌੜੀ ਛਾਤੀ ਦਾ ਮਾਲਕ ਹਲਕੀ ਸੱਟ ਤੋਂ ਬਾਅਦ ਫਿਰ ਇਹਨਾਂ ਖੇਡ ਗਰਾਊਂਡਾਂ ਦੇ ਨਾਲ ਜੁੜਿਆ ਹੈ ਧੱਕੜ ਧਾਵੀ ਆ ਖੇਡ ਕਬੱਡੀ ਦਾ ਤੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਹਿੰਦੇ ਨੌਜਵਾਨ ਗੱਭਰੂ ਪਵਨ ਦੀ ਪੈਂਦੀ ਆ ਤੇ ਚਾਰ ਜਾਫੀ ਇੱਕ ਪਾਸੇ ਭਾਈ ਰੂਪੇ ਵਾਲਾ ਮੇਰੇ ਵੀਰੋ ਗੱਲ ਕੰਤੇ ਦੀ ਹੋਵੇ ਗੱਲ ਸਿਰੇ ਦੀ ਹੋਵੇ ਲਓ ਵੇਖਦੇ ਹਾਂ ਵੀ ਖੇਡ ਮੈਦਾਨ ਦੇ ਵਿੱਚ ਕੀਤੀ ਮੌੜ ਨਾਭੇ ਵਾਲੀ ਦੀ ਟਰਾਈ ਤੇ ਪੁਆਇੰਟ ਧਾਵੀ ਦਾ ਇੱਕ ਮਸਤਾਂ ਦੇ ਤੌਰ ਤੇ ਬਿੱਟੂ ਦੁਨੀਆ ਜਾਣਦੀ ਹੈ ਉਹ ਰਸੂਲਪੁਰੀ ਆ ਸਰਦਾਰਾਂ ਦੇ ਪਿੰਡ ਦਾ ਤੇ ਆ ਰਸੂਲਪੁਰੀ ਆ ਕਾਲੂ ਮੇਰੇ ਵੀਰੋ ਭੋਤਨਿਆਂ ਵਾਲਾ ਇਸ ਵੇਲੇ ਭੋਤਨਿਆਂ ਵਾਲੇ ਕਾਲੂ ਦੀ ਕਬੱਡੀ ਪੈਂਦੀ ਹੋਈ ਮੇਰੇ ਵੀਰੋ ਚਾਰ ਜਾਫੀ ਗਾਗੇਵਾਲ ਦੀ ਧਰਤੀ ਦੇ ਲੱਕੀ ਵਰਗੇ ਲੈ ਮੁਕਾਬਲਾ ਭੂਰੇ ਦੇ ਨਾਲ ਹੋਇਆ ਮੇਰੇ ਵੀਰੋ ਭੂਰਾ ਵੀ ਬੜਾ ਕਾਇਮ ਤੇ ਤਜਰਬੇਕਾਰ ਜਾਫੀ ਹੈ ਇਸ ਵੇਲੇ ਕਾਲੂ ਦੀ ਕਬੱਡੀ ਹੈ ਕਾਲੂ ਤੇ ਪ੍ਰਦੀਪ ਦੋਵੇਂ ਫਰਾ ਚੋਟੀ ਦੇ ਖਿਡਾਰੀ ਨੇ ਪਰ ਉਧਰ ਭਰਪੂਰ ਸਿੰਘ ਗਾਗੇਵਾਲ ਪਿੰਡ ਦਾ ਮੇਰੇ ਵੀਰੋ ਲੈ ਵੀ ਨਸਾਰੇ ਵਾਲਾ ਕੀ ਫੈਸਲਾ ਨੌਜਵਾਨ ਇਸ ਵੇਲੇ ਪੁਆਇੰਟ ਜਿਹੜਾ ਸਟਾਪਰ ਦੇ ਹਿੱਸੇ ਹੈ ਗਾਗੇਵਾਲ ਦੀ ਟੀਮ ਦੇ ਹਿੱਸੇ ਫੋਰ ਪੁਆਇੰਟ ਦਾ ਵਾਧਾ ਹੁੰਦਾ ਹੋਇਆ ਉਧਰ ਅਗਲਾ ਮੈਚ ਛੱਲਾ ਸਾਹਿਬ ਮੋਹੀ ਤੇ ਕੱਕੜਵਾਲ ਦੀਆਂ ਟੀਮਾਂ ਦਾ ਜਗਦੀਪ ਸਿੰਘ ਜੀ ਧਾਲੀਵਾਲ ਤੇ ਨਾਲ ਮਨਜੀਤ ਸਿੰਘ ਜੀ ਸਾਡੇ ਬਹੁਤ ਹੀ ਪਿਆਰੇ ਆਫੀਸਰ ਨੇ ਮੇਰੇ ਵੀਰੋ ਪੀਤਾ ਹਾਂਸ ਕਲਾਂ ਵਾਲਾ ਜਿਹਦਾ ਹਾਂਸ ਕਲਾਂ ਦੇ ਟੂਰਨਾਮੈਂਟ ਤੇ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਵੀ ਕੀਤਾ ਜਾਣਾ ਹੈ ਤੇ ਸਾਹਮਣੇ ਵੇਖ ਰਿਹਾ ਵੀ ਨੌਜਵਾਨ ਗੱਭਰੂ 52 ਸਾਲਾਂ ਦੀ ਉਮਰ ਦਾ ਮੁਸਬੁੱਟ ਗੱਭਰੂ ਕਬੱਡੀ ਪਾਉਂਦਾ ਹੈ ਤੇ ਪੁਆਇੰਟ ਆਪਣੀ ਟੀਮ ਦੇ ਸਜੋੜਦਾ ਇਧਰ ਅਗਲੀ ਕਬੱਡੀ ਜੀਤਾ ਲੰਬੜਦਾਰ ਮੇਰੇ ਵੀਰੋ ਇੱਕ ਧਾਲੇ ਪਿੰਡ ਦਾ ਲੰਬੜਦਾਰ ਅੱਜ ਕੱਲ੍ਹ ਜਰਮਨ ਦੇ ਵਿੱਚ ਜਾ ਵਸਿਆ ਮਸ਼ਹੂਰ ਕਬੱਡੀ ਖਿਡਾਰੀ ਬਿਲਕੁਲ ਉਸੇ ਤਰ੍ਹਾਂ ਇਸ ਨੌਜਵਾਨ ਨੂੰ ਵੀ ਕਬੱਡੀ ਦੇ ਵਿੱਚ ਲੰਬੜਦਾਰ ਦੇ ਤੌਰ ਤੇ ਜਾਣਿਆ ਜਾਂਦਾ ਮੇਰੇ ਵੀਰੋ ਇਸ ਵੇਲੇ ਜੀਤਾ ਲੰਬੜਦਾਰ ਮੌੜ ਨਾਭੇ ਵਾਲਾ ਕਬੱਡੀ ਪਾਉਂਦਾ ਹੋਇਆ ਮੌੜ ਨਾਭਾ ਪਿੰਡ ਜੱਗੀਰਾਂ ਨੇ ਮਸ਼ਹੂਰ ਕੀਤਾ ਤੇ ਇਧਰ ਗਿੱਲ ਪਰਿਵਾਰ ਦਾ ਜਾਫੀ ਲੱਕੀ ਗਾਗੇਵਾਲ ਦੀ ਧਰਤੀ ਦਾ ਨੌਜਵਾਨ ਗੱਭਰੂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਵੇਲੇ ਪੂਰੀ ਕੋਸ਼ਿਸ਼ ਕਰਦਾ ਹੋਇਆ ਲਓ ਅਗਲੀ ਕਬੱਡੀ ਫਿਰ ਪਵਨ ਨੇ ਮੱਥਾ ਟੇਕਿਆ ਤੇ ਕਬੱਡੀ ਪਾਉਣ ਦੇ ਲਈ ਵਧਿਆ ਤੇ ਹੁਣ ਚਾਰ ਜਾਫੀ ਮੌੜ ਨਾਭੇ ਵਾਲੇ ਕੰਤਾ ਰਾਏ ਤੇ ਸੀਰਾ ਮੇਰੇ ਵੀਰ ਭਾਈ ਰੂਪੇ ਵਾਲਾ
ਤੇ ਖੇਡ ਮੈਦਾਨ ਦੇ ਵਿੱਚ ਕਿਰਨ ਰੂਪੇਵਾਲ ਦਾ ਵੀ ਮੇਰੇ ਵੀਰੋ ਕਿਰਨ ਰੂਪੇਵਾਲ ਦੇ ਵੀ ਧੰਨਵਾਦ ਕਰਦੇ ਆ ਉਹ ਵੀ ਸਿਰੇ ਦਾ ਪਲੇਅਰ ਆ ਮਾਖੇੜ ਕਬੱਡੀ ਦਾ ਭਾਈ ਰੂਪੇਵਾਲ ਉਹ ਵੀ ਅੱਜ ਨਿੱਟ ਤੇ ਬੈਠਾ ਇਧਰ ਜੱਗੀ ਪਹਿਲਵਾਨ ਮੇਰੇ ਵੀਰੋ ਇਸ ਵੇਲੇ ਅਗਲੀ ਕਬੱਡੀ ਪਾਉਂਦਾ ਹੋਇਆ ਜੱਗੀ ਨੂੰ ਪਹਿਲਵਾਨ ਇਸ ਕਰਕੇ ਕਹਿੰਦੇ ਨੇ ਕਿਉਂਕਿ ਪਹਿਲਵਾਨੀ ਵੀ ਕੀਤੀ ਉਸ ਨੌਜਵਾਨ ਖਿਡਾਰੀ ਨੇ ਔਰ ਕਬੱਡੀ ਦੇ ਵਿੱਚ ਵੀ ਚੋਟੀ ਦੀਆਂ ਜਿਹੜੀਆਂ ਕਬੱਡੀਆਂ ਪਾਉਂਦਾ ਇਸ ਵੇਲੇ ਜੱਗੀ ਪਹਿਲਵਾਨ ਮੋਰਨਾਬੇ ਵਾਲਾ ਕਬੱਡੀ ਪਾ ਰਿਹਾ ਹੈ ਉਧਰ ਗਾਗੇ ਵਾਲੀ ਉਹਨੇ ਕੋਸ਼ਿਸ਼ ਕੀਤੀ ਨੌਜਵਾਨ ਜੱਗੇ ਵਰਗੇ ਖਿਡਾਰੀ ਜਿਹੜੇ ਮੇਰੀ ਵੀਰੋ ਪਰ ਉਧਰ ਜੱਗੀ ਇਸ ਵੇਲੇ ਫੜ ਲੈ ਕੇ ਆਪਣੀ ਟੀਮ ਵੱਲ ਜਾਂਦਾ ਹੋਇਆ ਉਧਰ ਸਾਡੇ ਭਰਾਵਾਂ ਦਾ ਰਾਵਣ ਗਰੇਵਾਲ ਉਹਨਾਂ ਦਾ ਰਾਜੂ ਧਾਲੀਵਾਲ ਉਹਨਾਂ ਦਾ ਮਨਜੀਤ ਗੁਰਜੰਟ ਸਿਮਰਨ ਬਾਈ ਉਹਨਾਂ ਦਾ ਗਹਿ ਗੱਡਵਾ ਧੰਨਵਾਦ ਉਸ ਬੱਚੇ ਸਾਥੀਆਂ ਦਾ ਲੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਚੜ੍ਹਦੀ ਵਰੇਸ ਦਾ ਇਸ ਵੇਲੇ ਨੌਜਵਾਨ ਗੱਭਰੂ ਕਿ ਮਾੜਾ ਖੇਡ ਕੇ ਖਿਡਾਰੀ ਹੁੰਦਾ ਤਕੜਾ ਉਹ ਤਕੜਾ ਨਹੀਂ ਸਿੱਧਾ ਜੰਮਦਾ ਜਿਹੜਾ ਰਾਤੋ ਰਾਤ ਬੰਨ ਨੂੰ ਫਿਰੇ ਸਟਾਰ ਉਹ ਬੰਦਾ ਨਹੀਂ ਰਹਿੰਦਾ ਕਿਸੇ ਕੰਮ ਦਾ ਕਿ ਲੀਲਾਂ ਵਾਲਾ ਮੋਹਣਾ ਗੱਲਾਂ ਸੱਚ ਲਿਖਦਾ ਤੇ ਹੌਲੀ ਹੌਲੀ ਪੌੜੀ ਬੰਦਾ ਚੜ੍ਹਨੀ ਸਿੱਖਦਾ ਹੌਲੀ ਹੌਲੀ ਮੰਜ਼ਿਲਾਂ ਤੈਅ ਕੀਤੀਆਂ ਜਾਂਦੀਆਂ ਨੇ ਕਹਿੰਦੇ ਜੀਤਾ ਨੰਬਰਦਾਰ ਟੇਕਦਾ ਧਰਤੀ ਮਨ ਨੂੰ ਮੱਥਾ ਪਾਉਂਦਾ ਕਬੱਡੀ ਲੋ ਪਈ ਕਬੱਡੀ ਜੀਤੇ ਨੰਬਰਦਾਰ ਦੀ ਕਹਿੰਦਾ ਘਰ ਦੀ ਕੱਢਣ ਦਾ ਸੌਕੀ ਉਹ ਜੀਤਾ ਨੰਬਰਦਾਰਾਂ ਦਾ ਕਹਿੰਦਾ ਮਾਣ ਤਾਣ ਜਾਂ ਰੱਖਣਾ ਪੈਂਦਾ ਜੁੰਡੀ ਦੇ ਯਾਰਾਂ ਦਾ ਘਰ ਦੀ ਕੱਢਣ ਦਾ ਸੌਕੀ ਜੀਤਾ ਨੰਬਰਦਾਰਾਂ ਦਾ ਲੱਖੀ ਖੇਡ ਮੈਦਾਨ ਦੇ ਵਿੱਚ ਗਾਗੇ ਵਾਲੀ ਆ ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਬਰਨਾਲੇ ਦੀ ਟੀਮ ਦਾ ਸਿਰੇ ਦਾ ਜਾਫੀ ਹੈ ਕਿ ਭਗਤ ਸਿੰਘ ਨਾ ਚੜ੍ਹਦਾ ਫਾਸੀ ਨਾ ਦੁਨੀਆ ਚੇਤੇ ਕਰਦੀ ਰਾਣੀ ਝਾਂਸੀ ਕੌਣ ਕਹਿੰਦਾ ਜੇ ਵਿੱਚ ਮੈਦਾਨ ਨਾ ਲੜਦੀ ਕੱਚੇ ਘੜੇ ਦੀ ਗੱਲ ਨਾ ਹੁੰਦੀ ਜੇ ਸੋਹਣੀ ਚਨਾ ਨਾ ਤਰਦੀ ਰਾਂਝੇ ਦਾ ਇਤਿਹਾਸ ਨਾ ਹੁੰਦਾ ਜੇ ਹੀਰ ਇਸ਼ਕ ਨਾ ਕਰਦੀ ਗੁਰਦਾਸ ਮਾਨ ਨੇ ਗਾਉਣਾ ਨਹੀਂ ਸੀ ਜੇ ਕਲਮ ਤਾਕਤ ਨਾ ਫੜਦੀ ਹਰਜੀਤ ਬਰਾੜ ਨੇ ਮਰਨਾ ਨਹੀਂ ਸੀ ਜੇ ਮੌਤ ਹੁੰਦੀ ਉਹਦੇ ਘਰ ਦੀ ਸਾਥੀ ਵਿੱਚ ਜੇ ਬਲ ਨਾ ਹੋਵੇ ਦੁਨੀਆ ਕਦੇ ਨਾ ਚੇਤੇ ਕਰਦੀ ਦੁਨੀਆ ਮਾਨ ਦੇ ਨਾਲ ਨਾਮ ਲੈਂਦੀ ਹੈ ਮੇਰੇ ਵੀਰੋ ਜਿਨ੍ਹਾਂ ਨੇ ਜੀਵਦਾਰੀ ਦੇ ਨਾਲ ਦੁਨੀਆ ਤੇ ਮਿਹਨਤ ਕਰਕੇ ਨਾ ਚਮਕਾਇਆ ਹੋਵੇ ਦੁਨੀਆ ਮਾਨ ਦੇ ਨਾਲ ਨਾਮ ਲੈਂਦੀ ਹੈ ਹੈਲੋ ਉਧਰ ਵੀਰੇ ਆਪਣੇ ਦੂਸਰੇ ਗਰਾਊਂਡ ਫੁੱਟਬਾਲ ਦੇ ਵਿੱਚ ਆਪਣੇ ਪਿੰਡ ਦਾ ਮੈਚ ਭੰਮੀਪੁਰਾ ਏ ਬਰਸ ਜਗਰਾਓਂ ਉਹ ਵੀ ਸਟਾਰਟ ਹੋ ਚੁੱਕਿਆ ਭੰਮੀਪੁਰਾ ਏ ਬਰਸ ਜਗਰਾਓਂ ਉਧਰ ਬਹੁਤ ਬਹੁਤ ਧੰਨਵਾਦ ਹੈ ਸਾਡੇ ਭਰਾਵਾਂ ਦਾ ਇਕਬਾਲ ਹੋਰਾਂ ਦਾ ਬਾਈ ਜਗਦੇਵ ਸੋਨੀ ਵਰਗੇ ਦਵਿੰਦਰ ਅਮਨਾ ਮੈਂਡੀ ਤਾਰਾ ਬੇਅੰਤ ਗੌਰੀਣੀ ਲੱਕੀ ਬੱਬੀ ਵਰਗੇ ਜੱਸੇ ਵਰਗੇ ਨਵ ਸਿਮਰਾ ਤੇ ਅਮਨ ਧਾਲੀਵਾਲ ਮਾਣਾ ਲੰਬਰਦਾਰ ਸਾਰੇ ਯਾਰਾਂ ਬੇਲੀਆਂ ਦਾ ਬਹੁਤ ਵੱਡਾ ਧੰਨਵਾਦ ਉਧਰ ਗਾਗੇ ਵਾਲੀਆਂ ਨੌਜਵਾਨ ਇੱਕ ਹੋਰ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਰਿਹਾ ਜਿਹੜੀਆਂ ਦੂਜੀਆਂ ਟੀਮਾਂ ਗਰਾਊਂਡ ਵੱਲ ਆ ਰਹੀਆਂ ਨੇ ਕਿਰਪਾ ਕਰਕੇ ਨਮਸਕਾਰ ਕਰਕੇ ਨਾਲ ਦੀ ਨਾਲ ਥੋੜਾ ਥੋੜਾ ਸਾਰ ਤੇ ਰੋਕ ਕੇ ਬੈਠ ਜਾਣਗੀਆਂ ਜਾਂ ਬੈਠ ਜਾਣ ਜਾਂ ਥੋੜਾ ਜਿਹਾ ਪਿੱਛੇ ਹਟ ਜਾਣਗੇ ਲਓ ਉਧਰ ਜੱਗੀ ਭਲਵਾਨ ਮੇਰੇ ਵੀਰੋ ਉਧਰ ਚਾਰ ਜਾਫੀ ਨੇ ਚਾਰ ਜਾਫੀਆਂ ਦੇ ਵਿੱਚੋਂ ਪੱਟ ਨੂੰ ਖਿੱਚ ਮਾਰੀਏ ਇਹ ਲੱਕੀ ਹੈ ਗਾਗੇਵਾਲ ਦੀ ਧਰਤੀ ਦਾ ਲਖਵੀਰ ਸਿੰਘ ਮੇਰੇ ਵੀਰੋ ਪਰ ਭਲਵਾਨ ਨੇ ਛੁੜਾਇਆ ਸਫਲਤਾ ਇਸ ਵੇਲੇ ਨੌਜਵਾਨ ਧਾਵੀ ਦੇ ਹੱਕ ਦੇ ਵਿੱਚ ਜਾਂਦੀ ਹੋਈ ਤੇ ਅਗਲੀ ਕਬੱਡੀ ਪਵਨ ਕਹਿੰਦੇ ਗਾਗੇਵਾਲ ਪਿੰਡ ਦਾ ਕਬੱਡੀ ਪਾ ਰਿਹਾ ਹਰਪ੍ਰੀਤ ਸਿਵੀਆ ਮਿੰਟੂ ਸਿਵੀਆ ਉਹਨਾਂ ਦਾ ਚੇਤਾ ਖਿਡਾਰੀ ਹੈ ਮੇਰੇ ਵੀਰੋ ਜਿੰਨੀਆਂ ਵੀ ਕਬੱਡੀਆਂ ਪਵਨ ਪਾ ਕੇ ਪੁਆਇੰਟ ਲਵੇਗਾ ਰਮਨ ਸਾਡੇ ਭਰਾ ਵੱਲੋਂ 100-100 ਰੁਪਏ ਇੱਕ ਇੱਕ ਪੁਆਇੰਟ ਤੇ ਦਿੱਤਾ ਜਾਵੇਗਾ ਇਸ ਨੌਜਵਾਨ ਖਿਡਾਰੀ ਦੀ ਕਬੱਡੀ ਤੇ ਪਰ ਦੂਸਰੇ ਪਾਸੇ ਲਾ ਤਕੜਾ ਜੱਫਾ ਗੌਰੂ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਮੈਚ ਸਮਾਪਤ ਹੈ ਇਸ ਮੁਕਾਬਲੇ ਦੇ ਵਿੱਚੋਂ ਮੋਰਨਾਬੇ ਦੀ ਜਿਹੜੀ ਟੀਮ ਹੈ ਉਹ ਜੇਤੂ ਰਹਿਣ ਵਾਲੀ ਟੀਮ ਹੈ ਜੀ ਕਿਰਪਾ ਕਰਕੇ ਨੋਟ ਕਰ ਲਿਆ ਜਾਵੇ ਮੋਰਨਾਬਾ ਦੀ ਜਿਹੜੀ ਟੀਮ ਹੈ ਉਹ ਜੇਤੂ ਹੈ ਉਧਰ ਬਹੁਤ ਬਹੁਤ ਧੰਨਵਾਦ ਪਿਰਤਾ ਚੀਮਿਆਂ ਵਾਲਾ ਸਾਡਾ ਭਰਾ ਤੇ ਬਿੱਕੀ ਮੱਲੇ ਵਾਲਾ ਬਿੱਕੀ ਕਹਿੰਦੇ 2-3 ਦਿਨਾਂ ਤੋਂ ਲਗਾਤਾਰ ਮੇਰੀ ਵੀਰੋ ਇਸ ਟੂਰਨਾਮੈਂਟ ਤੇ ਸੇਵਾਵਾਂ ਦੇ ਰਿਹਾ ਹੈ ਬਿੱਕੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਲਓ ਅਗਲਾ ਜਿਹੜਾ ਮੈਚ ਖੇਡਿਆ ਜਾਣਾ ਹੈ ਛੱਲਾ ਸਾਹਿਬ ਮੋਈ ਤੇ ਕੱਕੜਵਾਲ ਦੀਆਂ ਟੀਮਾਂ ਦਾ ਮੇਰੀ ਵੀਰੋ ਕੱਕੜਵਾਲ ਤੇ ਛੱਲਾ ਸਾਹਿਬ ਮੋਈ ਦੋਨੋਂ ਟੀਮਾਂ ਦੇ ਜਿਹੜੇ ਖਿਡਾਰੀ ਨੇ ਅਗਲਾ ਮੁਕਾਬਲਾ ਜਿਹੜਾ ਉਹ ਸ਼ੁਰੂ ਕਰ ਦੇਣਗੇ ਵੀਰੇ ਗੇਟ ਖੋਲਦੇ ਵੀਰੇ ਵੀਰੇ ਜਿਹੜਾ ਗੇਟ ਤੇ ਆ ਇਹ ਭੱਟੀਆਂ ਤੋਂ ਸਰਪੰਚ ਸਾਹਿਬ ਆਇਆ ਉਹਨਾਂ ਨੂੰ ਗੇਟ ਖੋਲ ਦਿਓ ਵੀਰੇ ਗੇਟ ਓਪਨ ਕਰਦੀ ਯਾਰ ਜਿਹੜਾ ਗੇਟ ਤੇ ਸੇਵਾਦਾਰ ਆ ਕੱਕੜਵਾਲ ਮੋਹੀ ਸੱਲਾ ਸਾਹਿਬ ਦੀ
ਟੀਮ ਵੱਲੋਂ ਮੇਰੇ ਵੀਰੋ ਬੜਾ ਸੋਹਣਾ ਪ੍ਰਦਰਸ਼ਨ ਹੋਣਾ ਅੱਗੇ ਜਿਹੜਾ ਮੈਚ ਖੇਡਿਆ ਜਾਣਾ ਹੈ ਸਾਡੇ ਕੋਲ ਮਾਨ ਸਨਮਾਨ ਪਹੁੰਚਿਆ ਜੀ ਸਰਦਾਰ ਗੁਲਜ਼ਾਰ ਸਿੰਘ ਫੌਜੀ ਪਿੰਡ ਢੋਲਣ ਤੋਂ ਜੀ ਉਹਨਾਂ ਵੱਲੋਂ ਟੂਰਨਾਮੈਂਟ ਕਮੇਟੀ ਲਈ ਮਾਈਕ ਸਹਾਇਤਾ ਪਹੁੰਚੀ ਆ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਰਦਾਰ ਗੁਲਜ਼ਾਰ ਸਿੰਘ ਜੀ ਪਿੰਡ ਢੋਲਣ ਸਾਬਕਾ ਫੌਜੀ ਇਸ ਤੋਂ ਅਗਲਾ ਮੈਚ ਜਿਹੜਾ ਖੇਡਿਆ ਜਾਣਾ ਉਹ ਛਪਾਰ ਤੇ ਦਿੱਲੇਵਾਲ ਦੀਆਂ ਟੀਮਾਂ ਦਾ ਮੁਕਾਬਲਾ ਹੋਵੇਗਾ ਛਪਾਰ ਵਰਸੇ ਦਿੱਲੇਵਾਲ ਦੀਆਂ ਟੀਮਾਂ ਦੇ ਖਿਡਾਰੀਆਂ ਨੂੰ ਮੇਰੀ ਬੇਨਤੀ ਹੈ ਉਹ ਕਿਰਪਾ ਕਰਕੇ ਅਗਲੇ ਮੈਚ ਦੀਆਂ ਟੀਮਾਂ ਤਿਆਰ ਹੋ ਕੇ ਆ ਜਾਣ ਛੱਲਾ ਸਾਹਿਬ ਮੋਹੀ ਤੇ ਕੱਕੜਵਾਲ ਦੀਆਂ ਟੀਮਾਂ ਦਾ 11ਵਾਂ ਮੈਚ ਜਿਹੜਾ ਪਹਿਲੇ ਰਾਉਂਡ ਦਾ ਮੇਰੇ ਵੀਰੋ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਦਰਸ਼ਕ ਵੀਰੋ ਜਿਹੜੀ ਟੀਮ ਇਸ ਮੁਕਾਬਲੇ ਦੇ ਵਿੱਚ ਇੱਕ ਪਾਸੇ ਛੱਲਾ ਸਾਹਿਬ ਮੋਹੀ ਦੀ ਹੈ ਉਹ ਟੀਮ ਪਿੰਡ ਵਾਲੇ ਪਾਸੇ ਖੇਡਣ ਜਾ ਰਹੀ ਹੈ ਤੇ ਮੰਡੀ ਵਾਲੀ ਸਾਈਡ ਖੇਤਾਂ ਵਾਲੇ ਪਾਸੇ ਜਿਹੜੀ ਟੀਮ ਹੈ ਉਹ ਕੱਕੜਵਾਲ ਪਿੰਡ ਦੀ ਹੈ ਜਿਹੜੀ ਟੀਮ ਮੋਹੀ ਛੱਲਾ ਸਾਹਿਬ ਦੀ ਟੀਮ ਹੈ ਉਹ ਟੀਮ ਪਿੰਡ ਵਾਲੀ ਸਾਈਡ ਆ ਤੇ ਕੱਕੜਵਾਲ ਦੀ ਟੀਮ ਜ਼ਿਲ੍ਹੇ ਸੰਗਰੂਰ ਦੀ ਟੀਮ ਆ ਉਹ ਆਪਣੇ ਮੰਡੀ ਵਾਲੀ ਸਾਈਡ ਆ ਲੈ ਵੀ ਹਰਮਨ ਚੋਟੀ ਦਾ ਮੁਕਾਬਲਾ ਜਿਹੜਾ ਦੋਨੋਂ ਟੀਮਾਂ ਦੇ ਦਰਮਿਆਨ ਸ਼ੁਰੂ ਹੋਣ ਜਾ ਰਿਹਾ ਹੈ ਇੱਧਰ ਸਾਡਾ ਭਰਾ ਜੱਗਾ ਮਲਕ ਵਾਲਾ ਹਰ ਸਾਲ ਭੰਮੀਪੁਰ ਦੇ ਟੂਰਨਾਮੈਂਟ ਤੇ ਆ ਕੇ ਖਿਡਾਰੀਆਂ ਦੇ ਮਾਨ ਸਨਮਾਨ ਕਰਦਾ ਵੱਡੇ ਮਾਣ ਪੰਜਾਬੀ ਮਾਂ ਬੋਲੀ ਦੀ ਸੇਵਾ ਤੋਂ ਖੁਸ਼ ਹੋ ਕੇ ਪੁੱਜਦੇ ਕਰ ਰਿਹਾ ਲੈ ਪਹਿਲੀ ਕਬੱਡੀ ਇਸ ਮੁਕਾਬਲੇ ਦੀ ਮੇਰੇ ਵੀਰੋ ਹਿੱਸੇ ਲਈ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਮੋਹੀ ਵਾਲਾ ਨੌਜਵਾਨ ਗਵਰੂ ਕਬੱਡੀ ਪਾਉਂਦਾ ਹੋਇਆ ਮੋਹੀ ਪਿੰਡ ਕਹਿੰਦੇ ਜਗਵਿੰਦਰ ਦਾ ਪਿੰਡ ਹੈ ਪਿਰਤੇ ਦਾ ਪਿੰਡ ਹੈ ਮੇਰੇ ਵੀਰੋ ਕਬੱਡੀ ਸਤਾਰਾਂ ਦਾ ਪਿੰਡ ਹੈ ਤੇ ਪਹਿਲੀ ਕਬੱਡੀ ਤੇ ਕੱਕੜਵਾਲ ਪਿੰਡ ਦਾ ਨੌਜਵਾਨ ਜਾਫੀ ਹਿੱਸੇ ਲਈ ਸਿੱਖ ਸਰਦਾਰ ਗਵਰੂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਕੋਸ਼ਿਸ਼ ਕਰਦਾ ਹੋਇਆ ਪਰ ਪੁਆਇੰਟ ਜਿਹੜਾ ਧਾਬੀ ਦੇ ਹਿੱਸੇ ਜੁੜਦਾ ਹੋਇਆ ਤੇ ਅਗਲੀ ਕਬੱਡੀ ਇੱਧਰ ਨੌਜਵਾਨ ਕੱਕੜਵਾਲੀ ਆ ਗਵਰੂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਪਾਉਣ ਲਈ ਵਾਧਾ ਹੋਇਆ ਲੋ ਖੇਡ ਮੈਦਾਨ ਦੇ ਵਿੱਚ ਕਹਿੰਦੇ ਨੌਜਵਾਨ ਗਵਰੂ ਗਿਆਨੀ ਦੀ ਪੈਂਦੀ ਕਬੱਡੀ ਤੇ ਹੁਣ ਮੇਰੇ ਵੀਰੋ ਵੇਖਦੇ ਆ ਵੀ ਕਿਹੜਾ ਨੌਜਵਾਨ ਡੱਕਦਾ ਕਿਹੜਾ ਰੱਖਦਾ ਲਓ ਮੇਰੇ ਵੀਰੋ ਵੱਜ ਗਈ ਕੈਂਚੀ ਲਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਨੌਜਵਾਨ ਗੱਭਰੂ ਮੋਨੂ ਨੇ ਬਹੁਤ ਤਕੜਾ ਲਾ ਕੇ ਜੱਫਾ ਆਪਣੀ ਟੀਮ ਦੇ ਸਿਲੱਖਾ ਜਾਂ ਪੁਆਇੰਟ ਜੋੜਿਆ ਤੇ ਕਾਕਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਲਸੀਆਂ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਤੇ ਮੋਟੇ ਪੱਟਾਂ ਦੇ ਦਰਸ਼ਨ ਵੀ ਕਰਵਾਏ ਆ ਤੇ ਮਾਰੀ ਪੱਟ ਤੇ ਥਾਪੀ ਭਰਿਆ ਜੋਸ਼ ਖੇਡ ਮੈਦਾਨ ਦੇ ਵਿੱਚ ਹਾਂਜੀ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸੀਰਾ ਸਿੰਘ ਸਰਪੰਚ ਭੱਟੀਆਂ ਸੋਨੂ ਜਗਰ USA ਉਹ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਸਾਡੀ ਟੂਰਨਾਮੈਂਟ ਕਮੇਟੀ ਨੂੰ ਇਸ ਸਾਲ 15,000 ਰੁਪਏ ਦੀ ਮਾਈਕ ਸਹਾਇਤਾ ਦਿੱਤੀ ਗਈ ਆ ਉਹਨਾਂ ਦਾ ਇੱਥੇ ਪਹੁੰਚਣ ਤੇ ਅਸੀਂ ਜੀ ਆਇਆਂ ਆਖਦੇ ਹਾਂ ਤੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਟੇਜ ਤੇ ਆ ਕੇ ਬਿਰਾਜਮਾਨ ਹੋ ਜਾਣ ਸ਼ੀਰਾ ਸਿੰਘ ਸਰਪੰਚ ਭੱਟੀਆਂ ਉਹਨਾਂ ਨੂੰ ਇੱਥੇ ਪਹੁੰਚਣ ਤੇ ਨਿੱਘਾ ਜੀ ਆਇਆਂ ਆਖਦੇ ਹਾਂ ਇੱਧਰ ਜੱਗਾ ਮੇਰੇ ਵੀਰੋ ਇਸ ਵੇਲੇ ਕੱਕੜਵਾਲ ਦੀ ਧਰਤੀ ਦਾ ਨੌਜਵਾਨ ਕਬੱਡੀ ਪਾਉਂਦਾ ਹੋਇਆ ਕੱਕੜਵਾਲ ਪਿੰਡ ਧੂਰੀ ਏਰੀਏ ਦਾ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਇਸ ਵੇਲੇ ਨੌਜਵਾਨ ਧਾਵੀ ਦੀ ਪਈ ਹੋਈ ਕਬੱਡੀ ਤੇ ਇਸ ਦੂਸਰੇ ਪਾਸੇ ਨੌਜਵਾਨ ਮੋਹੀ ਵਾਲਾ ਐਨ ਪੁੱਟੀ ਖੁੱਚ ਨੌਜਵਾਨ ਸੁੱਖਾ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਵੇਲੇ ਸੁੱਖਾ ਮੋਹੀ ਵਾਲਾ ਲਾ ਕੇ ਤਕੜਾ ਜੱਫਾ ਫਾਂਡ ਦਾ ਵਾਧਾ ਜਿਹੜਾ ਆਪਣੀ ਟੀਮ ਦੇ ਹਿੱਸੇ ਕਰਦਾ ਹੋਇਆ ਤੇ ਅਗਲੀ ਕਬੱਡੀ ਅਰਸ਼ ਸ਼ਾਪੇ ਦੀ ਧਰਤੀ ਦਾ ਨੌਜਵਾਨ ਸ਼ਾਪਾ ਪਿੰਡ ਬਿਆਂਤਰਾ ਦਾ ਪਿੰਡ ਹੈ ਇੱਧਰ ਅਰਸ਼ ਕਬੱਡੀ ਪਾਉਂਦਾ ਹੋਇਆ ਮੇਰੇ ਵੀਰੋ ਚਾਰ ਜਾਫੀਆਂ ਤੇ ਲਓ ਅਰਸ਼ ਵੀ ਪਈ ਕਬੱਡੀ ਤੇ ਹੁਣ ਵੇਖਾਂਗਾ ਵੀ ਕਿਹੜਾ ਨੌਜਵਾਨ ਇਸ ਵੇਲੇ ਮੇਰੇ ਵੀਰੋ ਲਾ ਕੇ ਜੱਫਾ ਕਰਦਾ ਕਮਾਲ ਕਹਿੰਦੇ ਗਿਆਨੇ ਦੀ ਹਿੱਕ ਚ ਹੱਥ ਲਾਇਆ ਨੌਜਵਾਨ ਗੱਭਰੂ ਨੇ ਹੁਣ ਵੇਖਦੇ ਆ ਵੀ ਮਾਂ ਮਿੱਟੀ ਦੀ ਉੜਦੀ ਧੂੜ ਤੇ ਮੁੰਡਾ ਹਵਾ ਹਵਾਈ ਹੁੰਦਾ ਹੋਇਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਤੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਇਹ ਕਹਿੰਦੇ ਨਾਇਆਂ ਤੁਹਾਡੇ ਆਪਣੇ ਪਿੰਡ ਦਾ ਗੁਰੀ ਕਬੱਡੀ ਪਾ ਰਿਹਾ ਮੇਰੇ ਵੀਰੋ ਕੱਕੜਵਾਲ ਦੀ ਟੀਮ ਦਾ ਸਰਪੰਚ ਕੈਪਟਨ ਸਾਹਿਬ ਹੋਰਾਂ ਦਾ ਲਾਡਲਾ ਸਪੁੱਤਰ ਸੁੱਖੇ ਦੇ ਨਾਲ ਮੁਕਾਬਲਾ ਗੈਰੀ ਦਾ ਤੇ ਇਸ ਵੇਲੇ ਗੁਰੀ ਭੰਮੀਪੁਰੀਆ ਪੁਆਇੰਟ ਲੈ ਕੇ ਜਾਂਦਾ ਹੋਇਆ ਮੇਰੇ ਵੀਰੋ ਗੁਰੀ ਦੀ ਖੇਡ ਨੂੰ ਪਿਆਰ ਕਰਦੇ ਇੱਕ ਵਾਰੀ ਤਰਸੀ ਵੀਰੋ ਤਾੜੀ ਜ਼ਰੂਰ ਮਾਰ ਦਿਓ ਮਾਣ ਦੀ ਗੱਲ ਆ ਹੌਸਲੇ ਦੀ ਗੱਲ ਆ ਕਿ ਹੌਸਲੇ ਫਤਿਹ ਕੀ ਬਣਿਆਰੀ ਗੁਰੀ ਜਿਹੜੇ ਕਬੱਡੀ ਦੇ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੇ ਤੇ ਨਿਸ਼ਾਨ ਨੇ ਮੇਰੇ ਵੀਰੋ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਭੰਮੀਪੁਰਾ ਪਿੰਡ ਆ ਜਿਹੜਾ ਮਸ਼ਹੂਰ ਕਰ ਦਿੱਤਾ ਹੈ ਨੀਲੂ ਤਰਸੇਮ ਸਾਡਾ ਭਰਾ ਉਹ ਵੀ ਕਬੱਡੀ ਦਾ ਇੱਕ ਵਧੀਆ ਪ੍ਰਮੋਟਰ ਜੋ ਸਾਡੇ ਸਦਾ ਕਨੇਡਾ ਜੀ ਤੇ ਰਾਜ ਡੈਰੀ ਵਾਲਾ ਸਾਡਾ ਵੀਰ ਤੇ ਮੇਰੇ ਵੀਰੋ ਆਪਣੇ ਪਿੰਡ ਦਾ ਵੱਡਾ ਮਾਣ ਕਰਕੇ ਗਏ ਨੇ ਤੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪਈ ਇਸ ਗੱਭਰੂ ਦੀ ਕਬੱਡੀ ਗਿਆਨੀ ਦੀ
ਤੇ ਹੁਣ ਵੇਖਾਂਗਾ ਵੀ ਹੈਪੀ ਕਹਿੰਦੇ ਮਲਕ ਵਾਲਾ ਉਹ ਵੀ ਸਿਰੇ ਦਾ ਜਾਫੀ ਆ ਤੇ ਵੇਖਦੇ ਵੀ ਇਧਰਲੇ ਪਾਸੇ ਅਮਨਾ ਮੋਹੀ ਵਾਲਾ ਕਹਿੰਦੇ ਜਿਹਨੇ ਹੁਣ ਫੈਸਲਾ ਕੀਤਾ ਇਕਬਾਲ ਮੱਦੋ ਕਹਿੰਦਾ ਇਸ ਗੱਭਰੂ ਨੇ ਜਿਹਦਾ ਗੁੱਟ ਫੜਿਆ ਤੇ ਮੇਰੇ ਵੀਰੋ ਛੱਡਿਆ ਨਹੀਂ ਜਿਹੜਾ ਹੁਣ ਫੈਸਲੇ ਕਰਦਾ ਇਕਬਾਲ ਨੇ ਕਹਿੰਦੇ 62 ਕਿਲੋ ਭਾਰ ਦੇ ਵਿੱਚ ਝੰਡੀ ਗੱਡੀ ਰੱਖੀ ਹੈ ਮੱਦੋ ਕਹਿਣ ਵਾਲਿਆਂ ਨੇ ਉਧਰ ਜਿੰਦਰਾ ਲਸਾੜੇ ਵਾਲਾ ਪੰਮੇ ਰੀ ਸੁੱਕੇ ਰੀ ਇਹ ਵੀ ਕਹਿੰਦੇ ਕਬੱਡੀ ਦੇ ਸਟਾਰ ਨੇ ਮੇਰੇ ਵੀਰੋ ਕਬੱਡੀ ਦੇ ਚੋਟੀ ਦੇ ਸਟਾਰ ਆਪੋ ਆਪਣੇ ਸਮਝਦੇ ਲਓ ਅਰਸ਼ ਦੀ ਕਬੱਡੀ ਹੈ ਕੱਕੜਵਾਲ ਦਾ ਸੁੱਖ ਸਰਦਾਰ ਲਓ ਸਾਹਮਣੇ ਨੌਜਵਾਨ ਵੱਧ ਕੇ ਘੇਰਨ ਦੀ ਕੋਸ਼ਿਸ਼ ਕਰਦਾ ਹੋਇਆ ਦੋਨੋਂ ਖਿਡਾਰੀਆਂ ਦੇ ਦਰਮਿਆਨ ਟੱਕਰ ਆਹ ਲਾਉਂਦਾ ਦਾਤ ਤੇ ਨੌਜਵਾਨ ਹਿੱਸੇ ਲਈ ਪਰ ਅਰਸ਼ ਮੇਰੇ ਵੀਰੋ ਛੁਡਾ ਪਾਊ ਜਾਂ ਨਹੀਂ ਲਾ ਵੀ ਲਸਾੜੇ ਵਾਲਾ ਤਾੜੀ ਮਾਰ ਦੋ ਕੇ ਨੌਜਵਾਨ ਤਾੜੀ ਮਾਰ ਦੋ ਇਹ ਤਾਂ ਉਹ ਗੱਲ ਹੋ ਗਈ ਡਾਂਗ ਸਹੀਓ ਮੇਰੇ ਵੀਰ ਦੀ ਜਿੱਥੇ ਵੱਜਦੀ ਬੱਦਲ ਵਾਂਗੂ ਗੱਜਦੀ ਡਾਂਗ ਸਹੀਓ ਮੇਰੇ ਵੀਰ ਦੀ ਬਾਕੀ ਹਰਮਨ ਸਵਾਗ ਲਿਆਉਣ ਵਾਲੀ ਗੱਲ ਕਰ ਦਿੱਤੀ ਇਸ ਨੌਜਵਾਨ ਜਾਫੀ ਨੇ ਤੇ ਇਧਰ ਅਗਲੀ ਕਬੱਡੀ ਹਿੱਸੇ ਲਈ ਨੌਜਵਾਨ ਗੱਭਰੂ ਜੱਗਾ ਤੇ ਦੂਜੇ ਪਾਸੇ ਮਲਕ ਪਿੰਡ ਦਾ ਹੈਪੀ ਹਿੰਦੇ ਦਾ ਪਿੰਡੂ ਇਧਰ ਮਲਕ ਵਾਲਾ ਜੱਗਾ ਸਾਡਾ ਭਰਾ ਹੈਪੀ ਦੇ ਇਕੱਲੇ ਇਕੱਲੇ ਜੱਫੇ ਤੇ ਮੇਰੇ ਵੀਰੋ ਵੱਡੇ ਮਾਨ ਸਨਮਾਨ ਕਰੇਗਾ ਹੈਪੀ ਨੇ ਲਾ ਕੇ ਜੱਫਾ ਹਿੱਸੇ ਲਈ ਆਪਣੀ ਟੀਮ ਦੇ ਹਿੱਸੇ ਵਧੀਆ ਕੋਸ਼ਿਸ਼ ਕੀਤੀ ਹੈ ਲੈ ਕਲਸੀਆਂ ਵਾਲਾ ਕਾਕਾ ਅਗਲੀ ਕਬੱਡੀ ਪਾਉਂਦਾ ਹੋਇਆ ਹਿੱਸੇ ਲਈ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਕਲਸੀਆਂ ਦੀ ਧਰਤੀ ਦਾ ਕਾਕਾ ਕਲਸੀਆਂ ਪਿੰਡ ਨੇ ਕਹਿੰਦੇ ਚੋਟੀ ਦੇ ਸਟਾਰ ਪੈਦਾ ਕੀਤੇ ਨੇ ਕਲਸੀਆਂ ਦੀ ਧਰਤੀ ਨੇ ਬਿੱਟੂ ਟਰੈਕਟਰ ਜਿੱਤ ਕੇ ਇੱਕ ਇਤਿਹਾਸ ਰਚਿਆ ਮੇਰੇ ਵੀਰੋ ਗੱਡੀਆਂ ਜਿੱਤੀਆਂ ਟਰੈਕਟਰ ਜਿੱਤਿਆ ਮੋਟਰਸਾਈਕਲ ਜਿੱਤਿਆ ਕਲਸੀਆਂ ਦੀ ਧਰਤੀ ਨੇ ਸਮੇਂ ਸਿਰ ਪਲੇਅਰ ਦਿੱਤੇ ਆ ਸਿਰੇ ਦੇ ਦਿੱਤੇ ਆ ਆ ਮੇਰੇ ਵੀ ਉਹ ਵੇਖਦੇ ਵੀ ਤੁਹਾਡਾ ਗੁਰਾਈ ਇਸ ਵੇਲੇ ਖੇਡ ਮੈਦਾਨ ਚ ਪਾਉਂਦਾ ਕਬੱਡੀ ਤੇ ਮਨੋ ਦੀ ਕੀਤੀ ਟਰਾਈ ਤੇ ਪੁਆਇੰਟ ਮੇਰੇ ਵੀਰੋ ਧਾਵੀ ਦੇ ਹਿੱਸੇ ਜੁੜਦਾ ਤੇ ਕਾਕਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਕਿ ਸਾਡੀ ਖੇਡ ਹੈ ਕਬੱਡੀ ਸਾਨੂੰ ਪਿਆਰੀ ਮਿੱਤਰੋ ਸਾਰੇ ਜੱਗ ਦੀਆਂ ਖੇਡਾਂ ਚੋਂ ਨਿਆਰੀ ਮਿੱਤਰੋ ਵਿੱਕੀ ਕੈਨੇਡਾ ਗੁਰੀ ਦੇ ਲਈ ਮੇਰੇ ਵੀਰੋ ਫਿਰ 100 ਦਾ ਮਾਨ ਸਨਮਾਨ ਕਰਕੇ ਗਏ ਆ ਤੇ ਸਾਹਮਣੇ ਵੇਖਦੇ ਵੀ ਕਾਕੇ ਦੀ ਪਈ ਕਬੱਡੀ ਹੁਣ ਕਿਹੜਾ ਡੱਕਦਾ ਕਿਹੜਾ ਰੱਖਦਾ ਕਹਿੰਦੇ ਨੌਜਵਾਨ ਗੱਭਰੂ ਸੁੱਖੇ ਦੀ ਟਰਾਈ ਤੇ ਪੁਆਇੰਟ ਧਾਵੀ ਦੇ ਹਿੱਸੇ ਜੁੜਿਆ ਪਾ ਵੀ ਨੌਜਵਾਨ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਤੋਂ ਅਗਲੇ ਮੈਚ ਦੀਆਂ ਜਿਹੜੀਆਂ ਟੀਮਾਂ ਨੇ ਸ਼ਿਕਾਰ ਤੇ ਦਿੱਲੇਵਾਲ ਦੀ ਦੋਨੋਂ ਟੀਮਾਂ ਜਿਹੜੀਆਂ ਤਿਆਰ ਹੋ ਕੇ ਖੇਡ ਕਬੱਡੀ ਦੇ ਗਰਾਊਂਡ ਦੇ ਲਾਗੇ ਪੁੱਜਣ ਸ਼ਿਕਾਰ ਵਰਸੇ ਦਿੱਲੇਵਾਲ ਦੀਆਂ ਟੀਮਾਂ ਦਾ ਅਗਲਾ ਮੈਚ ਖੇਡਿਆ ਜਾਵੇਗਾ ਲਓ ਅਮਨਜੋਤ ਸਿੰਘ ਮੇਰੇ ਵੀਰੋ ਮੋਹੀ ਦੀ ਧਰਤੀ ਦਾ ਇੱਕ ਹੋਰ ਤਕੜਾ ਜੱਫਾ ਲਾ ਕੇ ਅੰਕ ਛੱਲਾ ਸਾਹਿਬ ਮੋਹੀ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਮੈਚ ਜਿਹੜਾ ਸਮਾਪਤ ਹੈ ਛੱਲਾ ਸਾਹਿਬ ਮੋਹੀ ਦੀ ਟੀਮ ਜੇਤੂ ਰਹੀ ਹੈ ਜੀ ਤੁਸੀਂ ਮੰਚ ਤੇ ਨੋਟ ਕਰ ਲੈਣਾ ਜਿਹੜੇ ਵੀਰ ਕਬੱਡੀ ਦੀਆਂ ਟੀਮਾਂ ਨੋਟ ਕਰ ਰਹੇ ਨੇ ਛੱਲਾ ਸਾਹਿਬ ਮੋਹੀ ਦੀ ਟੀਮ ਜੇਤੂ ਹੈ ਅਗਲਾ ਮੈਚ ਛਪਾਰ ਵਰਸੇ ਦਿੱਲੇਵਾਲ ਸਵਰਨ ਫੌਜੀ ਜਿਹੜੇ ਸਾਡੇ ਵੀਰ ਕਮੇਟੀ ਜੀ ਵੀ ਵੱਡਾ ਰੋਲ ਅਦਾ ਕਰਦੇ ਆ ਉਹਨਾਂ ਵੱਲੋਂ ਵੀ ਗੁਰੀ ਦੇ ਲਈ ਵੱਡਾ ਮਾਣ ਸਨਮਾਨ ਪੁੱਜਿਆ ਨਾਲ ਵਿੱਕੀ ਕੈਨੇਡਾ ਜੀ ਗੋਰੀ ਕਬੱਡੀ ਦਾ ਪਲੇਅਰ ਜਿਹਦਾ ਮੇਰੇ ਵੀਰੋ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਜਿਹੜਾ ਵੱਡਾ ਮਾਣ ਕਰਨ ਜਾ ਰਹੀ ਆ ਮੇਰੇ ਵੀਰੋ ਮੈਡਲ ਦੇ ਨਾਲ ਤਾੜੀ ਮਾਰ ਦੋ ਦਰਸ਼ਕ ਵੀਰੋ ਕਿ ਵੱਖਰੀ ਬਣਾਉਣੀ ਮਿਸਾਲ ਜੱਗ ਤੇ ਇੰਨੀ ਸੌਖੀ ਨਹੀਂ ਹੈ ਖੇਡ ਮਿੱਤਰੋ ਪੁੱਤ ਬਗਾਨਿਆਂ ਦੇ ਵਿਹੜੇ ਵਿੱਚ ਪਾਉਣੀ ਤੇ ਬੜੀ ਔਖੀ ਹੁੰਦੀ ਰੇਡ ਮਿੱਤਰੋ ਲੈ ਵੀ ਗੁਰੀ ਮਾਣ ਸਨਮਾਨ ਤੇਰੇ ਆ ਤੇ ਅਗਲਾ ਮੈਚ ਬਿੱਟੋ ਅਨਾਊਂਸ ਕਰਦੀ ਮੇਰੇ ਚਲੋ ਛਪਾਰ ਤੇ ਦਿੱਲੇਵਾਲ ਦੀਆਂ ਟੀਮਾਂ ਦਾ ਮੈਚ ਖੇਡਿਆ ਜਾਵੇਗਾ ਮੇਰੀ ਵੀਰੋ ਕਲਸੀਆਂ ਦਾ ਇੰਦਰਜੀਤ ਕੁਲਵੀਰ ਛਪਾਰ ਦਾ ਤੇ ਨਾਲ ਬੱਸੀਆਂ ਦਾ ਜੱਟ ਜਾਫੀ ਸੰਦੀਪ ਵੀ ਹੋ ਚੁੱਕਾ ਹੈ ਮੇਰੀ ਵੀਰੋ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਨਾਲ ਚੋਰ ਛਪਾਰ ਵਾਲਾ ਇੰਡਾ ਨੱਥੇੜੀ ਦਾ ਦੁਨੀਆ ਭਰ ਦੇ ਸੁਪਰ ਸਟਾਰ ਜਿਹੜੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਅਗਲਾ ਮੈਚ ਖੇਡਣ ਲਈ ਪਹੁੰਚ ਚੁੱਕੇ ਨੇ ਮੇਰੀ ਵੀਰੋ ਇਸ ਲਈ ਅਗਲਾ ਮੁਕਾਬਲਾ ਵੀ ਕਹਿੰਦੇ ਚੋਟੀ ਦਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਕਿੱਦਾਂ ਮਾਰ ਹੈਲੋ ਫੀਰਾ ਚੁੱਪਟੀਆਂ ਉਹਨਾਂ ਨੂੰ ਇੱਥੇ ਆਉਣ ਤੇ ਅਸੀਂ ਨਿੱਘਾ ਜੀ ਆਇਆਂ ਆਖਦੇ ਹਾਂ ਵੈਲਕਮ ਕਰਦੇ ਹਾਂ ਸੋਨੂ ਚੱਕਰ USA ਜਿਨ੍ਹਾਂ ਵੱਲੋਂ ਸਾਡੇ ਟੂਰਨਾਮੈਂਟ ਨੂੰ ਬਹੁਤ ਮਾਣ ਸਨਮਾਨ ਦਿੱਤਾ ਜਾਂਦਾ ਉਹਨਾਂ ਦੇ ਯਾਰ ਦੋਸਤ ਸਰਪੰਚ ਹੀਰਾ ਸਿੰਘ ਭੱਟੀਆਂ ਉਹਨਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਆਖਦੇ ਹਾਂ
ਸ਼ਪਾਰ ਤੇ ਦੁੱਲੇਵਾਲ ਦੀਆਂ ਟੀਮਾਂ ਦੇ ਦਰਮਿਆਨ ਮੇਰੀ ਵੀਰ ਅਗਲਾ ਮੁਕਾਬਲਾ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ। ਇਧਰ ਬੇਅੰਤ ਭੰਮੀਪੁਰੇ ਵਾਲੇ ਲਈ ਵੀ ਮੁਬਾਰਕਬਾਦ ਹੈ ਕਿਉਂਕਿ ਅਗਲੀ ਵਾਰ ਜਿਹੜਾ ਇੱਕ ਮੋਟਰਸਾਈਕਲ ਬੇਅੰਤ ਨੂੰ ਦਿੱਤਾ ਜਾਵੇਗਾ ਵੱਡੀ ਮਾਨ ਸਨਮਾਨ ਹੋਣਗੇ। ਉੱਥੇ ਸ਼ਹੀਦ ਭਗਤ ਸਿੰਘ ਕਲੱਬ ਦੇ ਸਮੁੱਚੇ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਉਹ ਵੀ ਮੇਰੇ ਵੀਰੋ ਇਸ ਟੂਰਨਾਮੈਂਟ ਤੇ ਖਿਡਾਰੀਆਂ ਲਈ ਜਿਹੜੇ ਮੈਡਲ ਮਾਨ ਸਨਮਾਨ ਵਜੋਂ ਪਾ ਰਹੇ ਨੇ। ਸ਼ਹੀਦ ਭਗਤ ਸਿੰਘ ਕਲੱਬ ਦੇ ਸਮੁੱਚੇ ਨੌਜਵਾਨ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਲਓ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ। ਸਤਾਰ ਦੀ ਧਰਤੀ ਮੇਰੇ ਵੀਰਿਓ ਜਿੱਥੋਂ ਦਾ ਮੇਲਾ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ। ਜਿਹੜੀ ਟੀਮ ਸਤਾਰ ਦੀ ਹੈ ਮੇਰੇ ਵੀਰਿਓ ਪਿੰਡ ਵਾਲੇ ਪਾਸੇ ਖੇਡਣ ਜਾ ਰਹੀ ਹੈ। ਭੰਮੀਪੁਰ ਪਿੰਡ ਵਾਲੀ ਸਾਈਡ ਮੰਡੀ ਵਾਲੀ ਸਾਈਡ ਹੈ, ਖੇਤਾਂ ਵਾਲੇ ਪਾਸੇ ਦੁੱਲੇਵਾਲ ਪਿੰਡ ਦੀ ਟੀਮ ਹੈ। ਸਤਾਰ ਦੀ ਟੀਮ ਹੈ ਜਿਹੜੀ ਨਾਰ ਝੋਟ ਹੋਣੀ ਸਾਡੇ ਭਰਾਵਾਂ ਸਿਮਰਨ ਜਗਦੇਵ ਤੇ ਅਮਨ ਹੋਰਾਂ ਦੇ ਸੱਦੇ ਤੇ ਉਚੇਚੇ ਤੌਰ ਤੇ ਨਾਰ ਝੋਟ ਆਪਣੀ ਟੀਮ ਲੈ ਕੇ ਆਇਆ। ਅਮਨੇ ਹੋਰੀ ਸਿਮਰਨ ਹੋਣੀ ਜਗਦੇਵ ਹੋਰੀ ਮੇਰੀ ਵੀਰੀ ਵੱਡਾ ਮਾਣ ਕਰਦੇ ਨੇ ਇਹਨਾਂ ਖਿਡਾਰੀਆਂ ਦਾ। ਪਹਿਲੀ ਕਬੱਡੀ ਦੁੱਲੇਵਾਲ ਦਾ ਖਿਡਾਰੀ ਨੌਜਵਾਨ ਇਸ ਵੇਲੇ ਕਲੂਰੀਰ ਤੋਂ ਬਾਣ ਲੈ ਕੇ ਆਪਣੀ ਟੀਮ ਵੱਲ ਜਾਂਦਾ ਹੋਇਆ। ਅਗਲੀ ਕਬੱਡੀ ਕਹਿੰਦੇ ਸਰਪੰਚਾਂ ਦਾ ਪੁੱਤਰ ਹੈ, ਦਸਮੇਸ਼ ਕਬੱਡੀ ਕਲੱਬ ਕਾਲਖ ਦੀ ਟੀਮ ਦਾ, ਚੰਨੇ ਹੋਰਾਂ ਦੀ ਟੀਮ ਦਾ ਕਹਿੰਦੇ ਸਿਰੇ ਦਾ ਤਾਵੀ, ਮਾਮਗੜੀਏ ਬੁੱਧੂ ਨਾਲ ਡਾਢੀ ਯਾਰੀ ਹੈ, ਇਹ ਆ ਹਿੰਦਾ ਸਰਪੰਚ ਮੇਰੇ ਵੀਰੋ ਨੱਥੋ ਹੇੜੀ ਪਿੰਡ ਦਾ। ਲੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਤੇ ਚਾਰ ਜਾਫੀਆਂ ਦੇ ਵਿੱਚ ਵੇਖਦੇ ਆ ਵੀ ਕਹਿੰਦੇ ਨੌਜਵਾਨ ਗੱਭਰੂ ਬੱਗੇ ਨੂੰ ਟੱਚ ਕੀਤਾ ਤੇ ਪੁਆਇੰਟ ਧਾਵੀ ਦਾ ਪਾ ਵੀ ਹਣੀ ਨੌਜਵਾਨਾਂ ਕਬੱਡੀ। ਲਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਹਣੀ ਇਨਾਮ ਦਾ ਮੇਰੇ ਵੀਰੋ ਵਧਿਆ ਹੋਇਆ। ਚਾਰ ਜਾਫੀ ਨੇ, ਇੱਕ ਪਾਸੇ ਕਲਵੀਰ ਹੈ ਨਾਲ ਬੱਸੀਆਂ ਦਾ ਸੰਦੀਪ ਤੇ ਆ ਇੰਦਰਜੀਤ ਕਲਸੀਆਂ ਵਾਲਾ, ਇਹਨੂੰ ਕਹਿੰਦੇ ਭਲਵਾਨਾਂ ਵਾਲੇ ਦਾਵੜੇ ਆਉਂਦੇ ਨੇ ਨੌਜਵਾਨ ਜਾਫੀ ਨੂੰ, ਇਹਦੇ ਦਾਵੜੇ ਚੋਟੀ ਦੇ ਨੇ। ਆਹ ਵੇਖੋ ਸਾਹਮਣੇ ਇਸੇ ਲਈ ਨੌਜਵਾਨ ਇੰਦਰਜੀਤ ਕਲਸੀਆਂ ਦਾ ਲਾ ਕੇ ਤਕੜਾ ਜੱਫਾ ਪੁਆਇੰਟ ਦਾ ਵਾਧਾ ਕਰਦਾ ਹੋਇਆ। ਇੱਧਰ ਅਗਲੀ ਕਬੱਡੀ ਨਾਟ ਝੋਟ ਮੇਰੇ ਵੀਰੇ ਛਪਾਰ ਵਾਲਾ ਪਾਉਣ ਦੇ ਲਈ ਜਾਂਦਾ ਹੋਇਆ। ਨਾਟ ਝੋੜ ਦੀ ਪਈ ਕਬੱਡੀ ਆ ਤੇ ਉਧਰ ਬੁਰਜ ਲੱਟਾਂ ਵਾਲੇ ਮੇਰੇ ਵੀਰੋ ਜਿੱਥੇ ਉਹਨਾਂ ਨੇ ਵੱਡਾ ਟੂਰਨਾਮੈਂਟ ਕਰਵਾਇਆ ਸਾਡੇ ਵੀਰੋ ਮੇਰੇ ਵੀਰੋ ਗੁਰਸੇਵ ਕੁਕਾਲੇ ਹੋਣਾ ਨੇ ਤੇ ਨਾਲ ਬਬਲੂਰਾ ਨੇ ਸੱਦੇ ਦੇ ਰਿਹਾ ਵੀ 27 ਤਰੀਕ ਨੂੰ ਟੋਚਣ ਤੇ ਮੋਟਰਸਾਈਕਲ ਬੈਸਟ ਨੂੰ ਦਿੱਤਾ ਜਾਣਾ ਮੇਰੇ ਵੀਰੋ। ਟਰੈਕਟਰ ਟੋਚਣ 27 ਤਰੀਕ ਨੂੰ ਜਿਹੜੇ ਬੁਰਜ ਲੱਟਾਂ ਦੀ ਧਰਤੀ ਤੇ ਕੀਤੇ ਕਰਵਾਏ ਜਾ ਰਹੇ ਨੇ ਤੇ ਇੱਧਰ ਨਾਰ ਝੋਟ ਮੇਰੇ ਵੀਰੋ ਪੁਆਇੰਟ ਲੈ ਕੇ ਆਪਣੀ ਟੀਮ ਵੱਲ ਵਧਿਆ ਤੇ ਅਗਲੀ ਕਬੱਡੀ ਦੁੱਲੇਵਾਲ ਦਾ ਨੌਜਵਾਨ ਖਿਡਾਰੀ ਇਸ ਵੇਲੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ। ਜੱਗਾ ਮਲਕ ਜੀ ਇਹਨਾਂ ਖਿਡਾਰੀਆਂ ਦੇ ਵੱਡੇ ਮਾਣ ਸਨਮਾਨ ਕਰ ਰਹੇ ਨੇ। ਬੱਸੀਆਂ ਦਾ ਸੰਦੀਪ ਹੁਣ ਇੱਕ ਕੰਨੀ ਤੇ ਹੋਇਆ ਤੇ ਇੰਦਰਜੀਤ ਕਲਸੀਆਂ ਦਾ ਤੇ ਆ ਜੂਸਬ ਮੇਰੇ ਵੀਰੋ ਕਲਸੀਆਂ ਵਾਲਾ ਇਸ ਵੇਲੇ ਨੌਜਵਾਨ ਛਪਾਰ ਵਾਲਾ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਜੂਸਫ ਇਸ ਵੇਲੇ ਲਾ ਕੇ ਜੱਫਾ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਹਿੱਸੇ ਕਰਦਾ ਹੋਇਆ। ਇੰਦਾ ਸਰਪੰਚ ਦੇ ਤੌਰ ਤੇ ਦੁਨੀਆ ਜਾਣਦੀ ਹੈ ਇਸ ਨੌਜਵਾਨ ਖਿਡਾਰੀ ਨੂੰ। ਉਧਰ ਸਾਡਾ ਵੀਰ ਜੱਗਾ ਮਲਕ ਵਾਲਾ ਕਹਿੰਦਾ ਵੀ ਨਾਟ ਝੋੜ ਦੀਆਂ 3 ਕਬੱਡੀਆਂ ਤੇ 300 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ ਤੇ ਸਾਹਮਣੇ ਵੇਖ ਰਿਹਾ ਵੀ ਹਿੰਦੇ ਦੀ ਪਈ ਕਬੱਡੀ ਅਗਲਾ ਮੈਚ ਜਗਰਾਉ ਤੇ ਮਾਣੂ ਕਿਸਮ ਦੀਆਂ ਟੀਮਾਂ ਦਾ ਖੇਡਿਆ ਜਾਵੇਗਾ ਮੇਰੀ ਵੀਰੋ। ਉਧਰ ਟੁੱਟੋ ਵੀ ਸਾਡਾ ਵੀਰ ਕਹਿੰਦੇ ਮਾਨ ਸਨਮਾਨ ਕਰਨ ਜਾ ਰਿਹਾ ਨਾਟ ਝੋਟ ਦੇ ਤੇ ਖੇਡ ਮੈਦਾਨ ਦੇ ਵਿੱਚ ਹਣੀ ਦੀ ਪਈ ਕਬੱਡੀ ਤੇ ਸਿਮਰ ਪ੍ਰਧਾਨ ਕਹਿੰਦੇ ਜੇ ਗੋਲ ਕਰਦਾ 2000 ਰੁਪਇਆ ਦਿੱਤਾ ਜਾਣਾ ਸਾਡੇ ਵਿੱਕੀ ਕੈਨੇਡਾ ਵੱਲੋਂ। ਲਓ ਵੇਖਦੇ ਹਾਂ ਵੀ ਨੌਜਵਾਨ ਗੱਭਰੂ ਇਹ ਆ ਕਲਵੀਰਾ ਮੇਰੇ ਵੀਰੋ ਸਪਾਰ ਦੀ ਧਰਤੀ ਜਿੱਥੋਂ ਦਾ ਮੇਲਾ ਪੂਰੀ ਦੁਨੀਆ ਚ ਪ੍ਰਸਿੱਧ ਹੈ ਤੇ ਖੇਡ ਮੈਦਾਨ ਦੇ ਵਿੱਚ ਲਾ ਕੇ ਤਕੜਾ ਜੱਫਾ। ਆਹ ਵੇਖੋ ਨੌਜਵਾਨ ਗੱਭਰੂ ਮੇਰੇ ਵੀਰੋ ਜਿਹਨੂੰ ਦੁਨੀਆ ਕਹਿੰਦੇ ਝੋਟ ਨਾਟ ਝੋਟ 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 ਦੇ ਨਾਂ ਦੇ ਨਾਲ ਜਾਣਦੀ ਆ ਤੇ ਗੱਭਰੂ ਦਾ ਮੇਰੇ ਵੀਰੋ ਲਲਕਾਰਾ ਕਹਿੰਦੇ ਦੁਨੀਆ ਚ ਵੱਜਿਆ ਖੇਡ ਮੈਦਾਨਾਂ ਵਿੱਚ ਮੇਰੇ ਵੀਰੋ ਵੱਖਰਾ ਪ੍ਰਦਰਸ਼ਨ ਕੀਤਾ ਹੈ। ਅੰਨੀ ਅੰਨੀ ਜਾਨ ਝੋਟੇ ਜਿੰਨੇ ਜ਼ੋਰ ਵਾਲਾ ਨਾਟ ਝੋਟ ਮੇਰੇ ਵੀਰੋ ਕਹਿੰਦੇ ਅੱਜ ਕੱਲ੍ਹ ਦੁਨੀਆ ਦੇ ਵਿੱਚ ਸਾਇਆ ਹੋਇਆ ਮਾਖੇੜ ਕਬੱਡੀ ਦੇ ਨਾਲ ਸੇਵਕ। ਅਗਲੀ ਕਬੱਡੀ
मेरे वीरों नौजवान गबरू पाउंदा एक पासे जट जाति कहिंदे नौजवान गबरू संदीप बसियां बारे दी भी कहिंदे तूती जट दी गुड्डी अंबरा चा के जिनू पाया हाथ नहीं दिता जान बई सानू अपनियां बाहां उत्ते माण बई जेडे मोढ़ियां दे उत्तों सीगे थुक दे मुठियां च नीचे होया सिर कदमे रुकाड़ पैदा कीते होया कहिंदे जट ने सिर कदमे रुकाड़ पैदा कीते आ पॉइंट तावी दा पॉइंट तावी दा। अगला मैच है जेड़ा जगराओं वर्ष माणू के संधि दीआं टीमां दे दरमियान खेडिया जाएगा। जगराओं ते माणू के संधि दो दो टीमां दे खिडारियों नूं साडी बेनती है उह वी तैयारी करके खेड कबड्डी दे ग्राउंड लागे पुज्जण। इधर अगली कबड्डी नौजवान छपार वाला मेरे वीरे छपार दा कहिंदे मेला बड़ा मशहूर है मालवे दी धरती दा पर दूसरे पासे नौजवान दिलेवालपण दा काफी एन पूरी जीवदारी दे नाल सिल लाके तकड़ा जफा पॉइंट दा वाधा अपनी टीम दे हिस्से करदा होया। उधर साडा वीर हैप्पी कहंदा भी न्यूजीलैंड वाला कहंदा सिमन प्रधान जे गोल करदा 500 रुपया मेरे वल्लों दित्ता जाणा है ते सामने पतला पतंग जिहा कि माड़ा खेड के खिडारी हुंदा तकड़ा ओ तकड़ा नहीं सिद्धा जमदा जिहड़ा रातों रात बानो फिरे स्टार ओ बंदा नहीं रहिंदा किसे कम दा कि लीला वाला मोहना गल्ला सच लिखदा ते हौली हौली पौड़ी बंदा चढ़नी सिखदा। हाँ सिमरन प्रधान जे गोल करूगा तो रमणे गरेवाल वालों 2000 रुपए का विशेष मान सम्मान किया जाऊगा जे सिमरन गोल करू। खेड मैदान दे विच मेरे वीर नौजवान गबरू एसले पाउंदा कबड्डी ते देखदे आं भी किहड़ा डकदा किहड़ा रखदा। लो दर्शक वीर कहिंदे भी गुट दा फड़ाक पहला अकबाल मद्दो के खड़ा उस तों बाद बड़े तकड़े प्लेयरां दे नां इह कहिंदे भी छपार दी जिहड़ी टीम है इस मुकाबले दी जेतू रहण वाली टीम है। अगला मैच जगराओं ते माणू के संधि दीआं टीमां दा माणू के संधियां दी टीम आ गई है जगराओं दे खिडारी भी आ जाण लो वर्ल्ड वार दा मेरे वीरे केसी नौजवान कीता भुंदड़ वाला गुट दा फड़ाक कीता कीते वर्गे दुनिया भर दे महान कबड्डी खिडारी पे चुके ने। इधर हैरी होणी शीपे होणी सिमरन प्रधान कहिंदे जे गोल करदा 3000 रुपया मल्ले वाला केडा वाला साडा वीर ऐलान कर मल्ले वाला सोनी जगराओं दी टीम दे लई खेडेगा साडा भरा जल्दी ना ग्राउंड दे विच पहुंच जावे मल्ले वाला सोनी। हां जी अरमन जी बिट्टू की दा मैच है अगलिया टीमां नूं अनाउंस कर दे साडा भरा बिट्टू चक वाला बड़ा वधिया बुलारा है। इस वेले जिहड़ा मुकाबला मेरे वीरो शुरू हो जा रहा है जगराओं वर्सी माणू के संधि दीआं टीमां दा इस तों अगला मैच जिहड़ा खेडा जाएगा जनेतपुरा वर्सी रायसर दीआं टीमां दे दरमियान होना है। जनेतपुरा वर्सी रायसर उह टीमां भी ग्राउंड तों बाहर बारमा परणगीआं तां जो अगले मुकाबले जिहड़े इन्हां टीमां दे दरमियान शुरू करवाए जा सकण। इसलिए मुकाबला जिहड़ा मेरे वीरो शुरू होण जा रहा है माणू के संधियां दी टीम मंडी वाले पासे खेडण जा रही है खेतां वाली साइड पिंड वाले पासे जिहड़ी टीम है उह टीम जगराओं दी है जिहड़ी टीम जगराओं दी है पिंड भम्मीपुर वाली साइड टीम होवेगी। खेड मैदान दे विच मेरे वीरो एसले जगराओं वाले गबरू दी पई कबड्डी ते एक पासे भुंदड़ दी धरती दा कीपा कहिंदे घरे जंसी लाती मोटरसाइकिल जित जित के ते नाल कहिंदे बल वालिया नौजवान गबरू के सी पंडता है आ वेखदे वी खेड मैदान दे विच मेरे वीरो लाउंदा गबरू तकड़ा जिहा जफा ते मेरे वीरो स्वाद आ गया अवतार सिंह तोले वालिया करदा फैसला भी पॉइंट जिहड़ा जाफी दे हिस्से जुड़िया है। अगली कबड्डी कहिंदे नौजवान गबरू लो वेखदे आं भी गविंदा नौजवान गबरू माणू के संधुआ वाला इसलिए टेकदा धरती मां नूं मत्था कि मत्था टेक के करा मैं तैनूं याद मौला सच्चे मन नाल मेरी है फरियाद मौला एक एक नंबर नाल मेरी है जित होणी भज्जां रेडां ते खुल जाण भाग मौला
ਜਿਹੜੇ ਗੱਭਰੂ ਤੇ ਤੇਰੀ ਇਹ ਮਿਹਰ ਹੋ ਜੇ ਉਹਦੇ ਸਿਰ ਸਜੇ ਕਬੱਡੀ ਦਾ ਤਾਜ ਮੌਲਾ ਸਗਨ ਖੋਖਰ ਨੂੰ ਪਿਆਰ ਮਿਲੇ ਜੱਗ ਕੋਲੋਂ ਐਸੇ ਬਖਸ਼ ਦੇ ਕੋਈ ਅੰਦਾਜ਼ ਮੌਲਾ ਐਸੇ ਬਖਸ਼ ਦੇ ਕੋਈ ਅੰਦਾਜ਼ ਮੌਲਾ ਉਧਰ ਰਾਜੂ ਵੀ ਸਾਡੇ ਭਰਾ ਸਮੁੱਚੇ ਸਾਥੀਆਂ ਦੇ ਨਾਲ ਖੜੇ ਅੱਜ ਦੇ ਮੁਕਾਬਲੇ ਦਾ ਪੂਰਾ ਸਵਾਦ ਲੈ ਰਹੇ ਨੇ ਫੁੱਟਬਾਲ ਦੇ ਵਿੱਚ ਵੀ ਕਹਿੰਦੇ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਮੇਰੀ ਵੀਰੋ ਇਸ ਵੇਲੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਤੇ ਨੌਜਵਾਨ ਜਾਫੀ ਵੇਖੋ ਸਾਹਮਣੇ ਲਾਉਣਾ ਤਕੜਾ ਜਾਫਾ ਇਸ ਵੇਲੇ ਮੇਰੀ ਵੀਰੋ ਮਾਣੂ ਕੇ ਸੰਧਵਾ ਵਾਲੇ ਗੁਰਮਖੋਰਾ ਦਾ ਪਿੰਡ ਤੇ ਉਧਰ ਜਨੇਤਪੁਰਾ ਤੇ ਰਾਜਸਰ ਦੀਆਂ ਟੀਮਾਂ ਇਸ ਤੋਂ ਅਗਲੇ ਮੈਚ ਦੀਆਂ ਖੇਡਣਗੀਆਂ ਹੈਪੀ ਕਹਿੰਦੇ ਕਬੱਡੀ ਦੇ ਵਿੱਚ ਲੰਬਾ ਅਰਸੇ ਤੋਂ ਨੌਜਵਾਨ ਨੂੰ ਮੇਰੇ ਵੀਰੋ ਮਹਾਰਤ ਰੱਖੀ ਹੋਈ ਹੈ ਇੱਕ ਤਜਰਬੇਕਾਰ ਖਿਡਾਰੀ ਹੈ ਨੌਜਵਾਨ ਮਾਣੂ ਕੇ ਸੰਧਵਾ ਦਾ ਹੈਪੀ ਮੇਰੇ ਵੀਰੋ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਲੈ ਵੀ ਅਮਨ ਰਾਜੂ ਵੀਰ ਮੂਵ ਸਪਰੇ ਗਰਾਊਂਡ ਦੇ ਵਿੱਚ ਕਬਾਲ ਵਾਈ ਜ਼ਰੂਰ ਪਹੁੰਚਦੀ ਕਰ ਦਿਓ ਜਿਸ ਵੀ ਭਰਾ ਦੀ ਡਿਊਟੀ ਹੈ ਲੈ ਮਾਣੂ ਕੇ ਸੰਧੂ ਪਿੰਡ ਕਹਿੰਦੇ ਗਵਾਂਢੀ ਪਿੰਡ ਹੈ ਉਧਰ ਚਾਰ ਜਾਫੀ ਨੇ ਸ਼ੀਪਾ ਜਗਰਾਉਣ ਵਾਲਾ ਇਸ ਵੇਲੇ ਚੌਂ ਜਾਫੀਆਂ ਦੇ ਵਿੱਚੋਂ ਵੱਧ ਕੇ ਕੋਸ਼ਿਸ਼ ਕਰ ਰਿਹਾ ਹੈ ਉਸ ਧਾਵੀ ਦੀ ਕਬੱਡੀ ਤੇ ਪਰ ਹੈਪੀ ਫੜ ਲੈ ਕੇ ਜਾਂਦਾ ਹੋਇਆ ਤੇ ਅਗਲੀ ਕਬੱਡੀ ਨੌਜਵਾਨ ਧਾਵੀ ਮੇਰੇ ਵੀਰੇ ਜਗਰਾਉਣ ਵਾਲਾ ਜਗਰਾਉਂ ਸ਼ਹਿਰ ਦਾ ਖਿਡਾਰੀ ਉਧਰ ਜਗਰਾਉਂ ਦੇ MLA ਸਾਹਿਬ SR ਕਲੇਰ ਜੀ ਅੱਜ 30-32 ਦੇ ਕਰੀਬ ਜਿਹੜਾ ਲੱਖ ਰੁਪਏ ਇਸ ਨਗਰ ਨੂੰ ਦੇ ਕੇ ਗਏ ਨੇ ਵੱਡੇ ਮਾਨ ਸਨਮਾਨ ਦੀ ਗੱਲ ਹੈ ਤੇ ਇਧਰ ਨੌਜਵਾਨ ਜਾਫੀ ਇਸ ਵੇਲੇ ਮਾਰਦਾ ਹੋਇਆ ਜ਼ੋਰਦਾਰ ਕੈਂਚੀ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਅੱਜ ਕਹਿੰਦੇ ਧੁੰਦੜ ਵਾਲੇ ਨੇ ਵੀ ਵਾਜਾ ਕਰਵਾਉਣੀ ਹੈ ਇਸ ਟੂਰਨਾਮੈਂਟ ਤੇ ਮੇਰੇ ਵੀਰੋ ਧੁੰਦੜ ਵਾਲੇ ਜੱਗੀ ਦੇ ਕਹਿੰਦੇ ਭੰਮੀਪੁਰ ਦੇ ਨੌਜਵਾਨ ਵੀ ਪੂਰੇ ਫੈਨ ਨੇ ਰਾਜੂ ਹੋਣੀ ਇਕਬਾਲ ਹੋਣੀ ਕਹਿੰਦੇ ਸਿਮਰ ਹੋਣਾ ਦਾ ਮੇਰੇ ਵੀਰੋ ਸਾਰੇ ਧੁੰਦੜ ਵਾਲਾ ਭੰਮੀਪੁਰ ਦੇ ਕਬੱਡੀ ਕੱਪ ਤੇ ਖੇਡਣਾ ਜ਼ਰੂਰੀ ਹੈ ਉਧਰ ਹੈਰੀ ਦੇ ਨਾਲ ਮੁਕਾਬਲਾ ਹੋਇਆ ਤੇ ਪੁਆਇੰਟ ਮੇਰੇ ਵੀਰੋ ਧਾਵੀ ਦੇ ਉਸੇ ਜੁੜਦਾ ਹੋਇਆ ਅਗਲੀ ਕਬੱਡੀ ਫਿਰ ਇਸ ਨੌਜਵਾਨ ਧਾਵੀ ਦੀ ਪੈਂਦੀ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਇੱਕ ਡੌਲਿਆਂ ਦੇ ਜ਼ੋਰ ਨਾਲ ਖੇਡਦੇ ਜਵਾਨ ਬਣੇ ਗੁੰਦ ਨੇ ਸਰੀਰ ਖੇਡ ਮੇਲਿਆਂ ਦੀ ਸਾਨ ਕਰਕੇ ਆਉਂਦੇ ਨੇ ਪੂਰੀ ਜੋ ਤਿਆਰੀ ਮਿੱਤਰੋ ਸਾਡੀ ਖੇਡ ਹੈ ਕਬੱਡੀ ਸਾਨੂੰ ਪਿਆਰੀ ਮਿੱਤਰੋ ਸਾਰੇ ਜੱਗ ਦੀਆਂ ਖੇਡਾਂ ਚੋਂ ਨਿਆਰੀ ਮਿੱਤਰੋ ਸਾਡੀ ਖੇਡ ਹੈ ਕਬੱਡੀ ਸਾਨੂੰ ਪਿਆਰੀ ਮਿੱਤਰੋ ਪਾਵੀ ਨੌਜਵਾਨਾਂ ਕਬੱਡੀ ਲੋ ਖੇਡ ਮੈਦਾਨ ਦੇ ਵਿੱਚ ਹੈਪੀ ਐਸਲੇ ਨੌਜਵਾਨ ਗੱਭਰੂ ਮੇਰੇ ਵੀਰੋ ਸਾਂਵਲਾ ਜਿਹਾ ਰੰਗ ਹੈ ਬੜੇ ਸਾਊ ਜੇ ਸੁਭਾਅ ਦਾ ਆ ਨੌਜਵਾਨ ਬੁਰਜ ਲੱਟਾਂ ਦੀ ਧਰਤੀ ਦਾ ਮੇਰੇ ਵੀਰੋ ਹੈਰੀ ਕਰਦਾ ਟਰਾਈ ਤੇ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਪਾ ਵੀ ਗੱਭਰੂ ਅਗਲੀ ਕਬੱਡੀ ਕਿ ਦੁੱਧ ਦਹੀਂ ਨਾਲ ਪਲਦੇ ਸੀਗੇ ਬੱਚੇ ਸਾਡੇ ਅੱਜ ਮੈਡੀਕਲ ਦਵਾਈਆਂ ਨਾਲ ਜ਼ਿੰਦਗੀਆਂ ਜੁੜੀਆਂ ਨੇ ਕਦੇ ਮਰਦੀਆਂ ਸੀ ਜਵਾਨੀਆਂ ਮਾਣ ਸਨਮਾਨ ਉੱਤੇ ਅੱਜ ਉਹੀ ਨਸ਼ਿਆਂ ਦੇ ਬਹਿਣ ਵਿੱਚ ਰੁੜੀਆਂ ਨੇ ਇਹਨਾਂ ਹੱਥਾਂ ਵਿੱਚ ਕਦੇ ਮੁਦਕਰ ਹੁੰਦੇ ਸੀਗੇ ਅੱਜ ਉਹਨਾਂ ਹੱਥਾਂ ਵਿੱਚ ਸਮੈਕ ਦੀਆਂ ਪੁੜੀਆਂ ਨੇ ਲਾਉਂਦੀਆਂ ਸੀ ਰੌਣਕ ਜੋ ਕਿਸੇ ਦਿਨ ਖੁੰਡਾਂ ਉੱਤੇ ਅੱਜ ਉਹੀ ਭੀੜਾਂ ਜਾ ਕੇ ਠੇਕੇ ਮੂਹਰੇ ਜੁੜੀਆਂ ਨੇ ਮਾੜੀ ਆਦਤ ਨੇ ਪੱਟ ਦਿੱਤੇ ਸਾਡੇ ਮੁੰਡੇ ਦਿਆਲਪੁਰੀ ਤਾਈਓ ਲੰਘ ਗਈਆਂ ਮੁੰਡੇ ਤੋਂ ਅੱਗੇ ਕੁੜੀਆਂ ਨੇ ਕਹਿੰਦੇ ਦੀਪ ਨੇ ਬਹੁਤ ਤਕੜਾ ਜੱਫਾ ਲਾਇਆ ਤੇ ਸਾਹਮਣੇ ਗਵਿੰਦੇ ਨੇ ਵੀ ਕਬੱਡੀ ਪਾਤੀ ਆ ਤੇ ਚਾਰ ਜਾਫੀ ਕਹਿੰਦੇ ਨੌਜਵਾਨ ਗੱਭਰੂ ਆ ਵੇਖਦਿਆਂ ਵੀ ਦੌਦਰ ਵਾਲੇ ਬਰਿੰਦਰ ਦੀ ਮਾਸੀ ਦਾ ਪੋਤਾ ਸੀਪਾ ਜਗਰਾਉਣ ਵਾਲਾ ਕਰਦਾ ਟਰਾਈ ਤੇ ਪੁਆਇੰਟ ਧਾਵੀ ਦਾ ਪੁਆਇੰਟ ਮੇਰੇ ਵੀਰ ਧਾਵੀ ਦੇ ਉੱਤੇ ਜੁੜਦਾ ਇਸ ਤੋਂ ਅਗਲਾ ਜਿਹੜਾ ਮੈਚ ਹੈ ਜਨੇਤਪੁਰ ਤੇ ਰਾਜਸਰ ਦੀਆਂ ਟੀਮਾਂ ਦਾ ਦੋਨੋਂ ਟੀਮਾਂ ਦੇ ਖਿਡਾਰੀ ਰਾਜਸਰ ਵਰਸੇ ਜਨੇਤਪੁਰਾ ਜਲਦੀ ਦੇ ਨਾਲ ਪਲੇਅਰ ਜਿਹੜੇ ਗਰਾਊਂਡ ਦੇ ਲਾ ਕੇ ਪੁੱਜਣਗੇ ਜਨੇਤਪੁਰੇ ਦੀ ਟੀਮ ਗਰਾਊਂਡ ਵੱਲ ਆ ਰਹੀ ਹੈ ਦੁਨੀਆਂ ਦਾ ਮਹਾਨ ਕਬੱਡੀ ਖਿਡਾਰੀ ਨਿੱਕਾ ਖਾਰੇ ਵਾਲਾ ਉਹ ਵੀ ਖੇਡ ਕਬੱਡੀ ਦੇ ਗਰਾਊਂਡ ਨੂੰ ਨਮਸਕਾਰ ਕਰ ਚੁੱਕਿਆ ਤੇ ਇਧਰ ਪੁਆਇੰਟ ਕਵਰ ਲੈ ਕੇ ਆਪਣੀ ਟੀਮ ਵੱਲ ਜਾਂਦਾ ਹੋਇਆ ਮਾਣੂ ਕੇ ਸੰਧਵਾ ਦੇ ਖਿਡਾਰੀ ਇਸ ਵੇਲੇ ਮੇਰੇ ਵੀਰੋ ਅਗਲੀ ਕਬੱਡੀ ਮਾਣੂ ਕੇ ਸੰਧਵਾ ਦੇ ਸਲਾਵਨ ਧਾਵੀ ਦੀ ਪਈ ਹੋਈ ਚਾਰ ਜਾਫੀਆਂ ਦੇ ਵਿੱਚੋਂ ਸ਼ੀਪਾ ਫਿਰ ਕੋਸ਼ਿਸ਼ ਕਰ ਰਿਹਾ ਹੈ ਇਹ ਨੌਜਵਾਨ ਕਹਿੰਦੇ ਜਗਰਾਉਂ ਦੀ ਟੀਮ ਦੀ ਸਮੁੱਚੀ ਬਾਗਡੋਰ ਸੰਭਾਲਦਾ ਆ ਰਿਹਾ ਲੰਬੇ ਸਮੇਂ ਤੋਂ ਇਧਰ ਪਰ ਦੂਸਰੇ ਪਾਸੇ ਮਾਣੂਕਿਆਂ ਵਾਲੇ ਨੇ ਪੁਆਇੰਟ ਆਪਣੀ ਟੀਮ ਦੇ ਉੱਤੇ ਜੋੜ ਦਿੱਤਾ ਮੁਕਾਬਲਾ ਜਿਹੜਾ ਉਹ ਸਮਾਪਤ ਹੈ ਮਾਣੂ ਕੇ ਸੰਧਵਾ ਦੀ ਟੀਮ ਇਸ ਮੁਕਾਬਲੇ ਦੀ ਜੇਤੂ ਰਹਿਣ ਵਾਲੀ ਟੀਮ ਹੈ ਜੀ ਮਾਣੂ ਕੇ ਸੰਧਵਾ ਦੀ ਟੀਮ ਜੇਤੂ ਰਹੀ ਹੈ ਜਨੇਤਪੁਰਾ ਤੇ ਰਾਜਸਰ ਦੀਆਂ ਟੀਮਾਂ ਦਾ ਅਗਲਾ ਮੈਚ ਹੈ ਤੇ ਯੁਵਰਾਜ ਵਰਗੇ ਰਾਜਸਰ ਦੀ ਧਰਤੀ ਦੇ ਨੌਜਵਾਨ ਉਧਰ ਸੋਨੀ ਘਣਸਾ ਵਾਲਾ ਨੌਜਵਾਨ ਇਧਰ ਖੇਡ ਕਬੱਡੀ ਦੇ ਮੈਦਾਨ ਨੂੰ ਨਮਸਕਾਰ ਕਰਦੇ ਹੋਏ ਖਿਡਾਰੀ ਇਸ ਵੇਲੇ ਮੇਰੀ ਵੀਰੋ ਟੀਮਾਂ ਜਿਹੜੀਆਂ ਗਰਾਊਂਡ ਵੱਲ ਆ ਰਹੀਆਂ ਨੇ ਕਹਿੰਦੇ ਖਾਤੇ ਦੀ ਧਰਤੀ ਦਾ ਨਿੱਕਾ ਹਰਜੀਤ ਅਣ ਤਲਵਾਰ ਕਬੱਡੀ ਕਲੱਬ ਜਗਰਾਉਣ ਦੀ ਟੀਮ ਦਾ ਸਿਰੇ ਦਾ ਪਲੇਅਰ ਆ ਮੇਰੇ ਵੀਰੋ ਲੈ ਵੀ ਨਿੱਕੇ ਦਰਸ਼ਕਾਂ ਨਾਲ ਫਤਿਹ ਸਾਂਝੀ ਕਰ ਰਹੇ ਵੀ ਸਿਰੇ ਦਾ ਮਾਰ ਦੋ ਤਾੜੀਆਂ ਦਰਸ਼ਕ ਵੀਰੋ
टॉप का खिलाड़ी माखिर कबड्डी का अज निशान भम्मीपुर वाला है ते नाल कहिंदे रेंकू बिलो दा इस टूरनामेंट दे लई बड़े योगदान ने अज नेट दे जरिए मेरे वीरे बैठे साढ़े वीर इन्हां मैचां दा स्वाद लैंदे आए खड़े भुखे ते त्याए बड़ी दूरों दूरों आए देख खिलाड़ियों दे शरीर इन्हां नूं ना किसे गल दी घाट रड़के के बोलदा कबड्डी दा जनून हुण लोकां दे सिर चढ़ के दर्शक वीरे जे प्लेयर वधिया लगे टीम वधिया लगिया प्रबंध वधिया लग्या एक बारी शहीद भगत सिंह स्पोर्ट्स क्लब के नाते ताड़ी जरूर मार दो क्योंकि ये पराले बड़े मेरे वीरो बड़े कहिंदे मेहनत नाल सागत नाल कीते जांदे आ उधर साडा भरा निशान सिंह धारीवाल अपने साथियों के नाल बैठा कबड्डी 365.com के जरिए जुड़िया बैठा उत्थे उतार मस्कट वाला जसी साडा भरा जिहड़ा कबड्डी 365.com के जरिए जुड़िया बैठा तार और जसी और बहुत बहुत धन्यवाद है लो दोनों टीमों के खिलाड़ी जिहड़े ग्राउंड के विच पहुंच चुके ने मन्ना रशीद वाला नौजवान ये भी जिहड़ा खाड़े की टीम लई मेरे वीरियो जनेतपुरे की टीम के लिए नौजवान जिहड़ा निक्के और खेडण लई पहुंच चुके है एक पासे जिहड़ी टीम रैसर जिला बरनाला पिंड दी है जिला बरनाला दे मेरे वीरे कुख दे विच वसा होया पिंड है रैसर जिस पिंड दे लागे करके ठीकरीवाल दे खिलाड़ी भी बड़े मशहूर खिलाड़ी ने बिट्टू पम्मे वर्गे गोरे वर्गे निक्के वर्गे जिस नगर ने खिलाड़ी पैदा किए ने उधर दुनिया भर का महान कबड्डी खिलाड़ी है उरे जनेतपुरे वाला वो भी खेड कबड्डी के ग्राउंड में नमस्कार करता होया दोनों टीम तैयार बार तैयार ने एक पास जी टीम मेरे वीरे आप देखिए इस मुकाबले जनेतपुरा की टीम भम्मीपुरे पिंड वाली साइड खेडन जा रही है ते दूसरे पासे जिहड़ी टीम है इस मुकाबले दी मंडी वाली साइड खेतां वाले पासे जे आख दईए तां उह रैसर दी टीम है रैसर ते जनेतपुरे दीआं टीमां दा इह मुकाबला इस वेले शुरू हुंदा होया मेरी वीडियो कि आ गए ने खिलाड़ी वेखो खिच के तैयारियां खाधियां खुराकां नाले बाडियां शिंगारियां लगूगा मैदान विच जोर दी चोटी दा कि कौडी तो हीरा बण जे जिस नूं लग जे कबड्डी दा किसे शहर दीआं लिखियां ਉਹ ਲੈਣਾ ਵੀਰੇ ਕਿਹੋ ਦੀ ਆਮ ਖਿਡਾਰੀ ਨੂੰ ਕਬੱਡੀ ਦਾ ਸਟਾਰ ਬਣਾਉਣ ਦੀ ਗੱਲ ਕਰ ਰਹੀਆਂ ਨੇ ਵੀਰੇ ਵੀਰੇ ਸੇਵਾਦਾਰ ਗੇਟ ਖੋਲਦੀ ਵੀਰੇ ਲਓ ਪਹਿਲੀ ਕਬੱਡੀ ਇਸ ਮੁਕਾਬਲੇ ਦੀ ਵੀਰੇ ਰੈਸਰ ਦੀ ਟੀਮ ਦੇ ਤਰਫੋਂ ਕਿ ਮਗਵਾ ਰਹੀ ਦੇ ਸੂਰਜਾ ਤੇ ਕਮੀਆਂ ਦੇ ਜਿਹੜੇ ਲੋਕ ਵੀ ਸੰਤਰਾ ਮਦਾਸੀ ਦਾ ਪਿੰਡ ਹੈ ਗੁਰਦੀਪ ਰੈਸਰ ਦੀ ਧਰਤੀ ਦਾ ਪਹਿਲੀ ਕਬੱਡੀ ਪਾਉਂਦਾ ਹੋਇਆ ਤੇ ਚਾਰ ਜਾਫੀ ਨੇ ਨਾਜ਼ਰ ਨਿੱਕਾ ਖਾੜੇ ਵਾਲਾ ਆਹ ਦੇਖੋ ਸਾਹਮਣੇ ਸੀਲੀ ਪਹਿਲੀ ਕਬੱਡੀ ਤੇ ਕੋਸ਼ਿਸ਼ ਕਰਦਾ ਹੋਇਆ ਤੇ ਦੂਸਰੇ ਪਾਸੇ ਗੁਰਦੀਪ ਹੈ ਗੁਰਦੀਪ ਵੀ ਬੜਾ ਤੇਜ਼ ਕਰਾ ਰਿਹਾ ਤੇ ਨਿੱਕਾ ਜਾਨ ਪੱਖੋਂ ਬੜਾ ਤਕੜਾ ਖਿਡਾਰੀ ਹੈ ਪਰ ਫੁਰਤੀ ਨੇ ਕੰਮ ਕੀਤਾ ਰੈਸਰ ਦੇ ਗੁਰਦੀਪ ਸਿੰਘ ਨੇ ਪਹਿਲਾ ਗੋਲ ਪੁਆਇੰਟ ਮੇਰੇ ਵੀਰੋ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਆਹ ਖਿਡਾਰੀ ਕਹਿੰਦੇ ਚੋਟੀ ਦੇ ਖਿਡਾਰੀਆਂ ਦੇ ਵਿੱਚ ਜਾਣਿਆ ਜਾਣ ਵਾਲਾ ਖਿਡਾਰੀ ਹੈ ਮੰਨਾ ਇਸ ਵੇਲੇ ਮੇਰੇ ਵੀਰੋ ਕਬੱਡੀ ਪਾਉਂਦਾ ਹੋਇਆ ਜਿਨ੍ਹਾਂ ਦੇ ਵੀ ਮੋਟਰਸਾਈਕਲ ਖੜੇ ਆ ਨਾ ਗੇਟਾਂ ਕੋਲ ਵੀਰੇ ਸਾਈਡ ਤੇ ਕਰ ਦਿਓ ਯਾਰ ਜਿੰਦੇ ਖੇਡ ਮੈਦਾਨ ਦੇ ਵਿੱਚ ਕੌਣ ਜੱਫਾ ਲਾ ਰਿਹਾ ਹੈ ਨਹੀਂ ਇਹ ਆ ਸੰਦੀਪ ਮੇਰੇ ਵੀਰੋ ਸੰਦੀਪ ਰੈਸਰੀਆ ਬਹੁਤ ਤਗੜਾ ਲਾ ਕੇ ਜੱਫਾ ਆਪਣੀ ਟੀਮ ਦੇ ਲਈ ਲੱਖਾਂ ਜਾਂ ਪੁਆਇੰਟ ਜੋੜਦਾ ਕਹਿੰਦੇ ਘੁੰਸ ਪਿੰਡ ਆ ਬਾਬੇ ਇਆਲੇ ਦੀ ਧਰਤੀ ਜ਼ਿਲ੍ਹੇ ਬਰਨਾਲੇ ਦਾ ਕਿ ਮੋਟਰ ਮਿੱਤਰਾਂ ਦੀ ਚੱਲ ਚੱਲੀਏ ਸ਼ਹਿਰ ਬਰਨਾਲੇ ਭੁੱਟੋ ਸਾਡਾ ਵੀਰ ਐਨ ਕਹਿੰਦੇ ਗੱਤਰੀਆਂ ਤੇ ਕਹਿੰਦਾ ਨਿੱਕੇ ਖਾੜੇ ਲਈ 100 ਰੁਪਿਆ ਦੇਣਾ ਉਦੋਂ ਦੇਣਾ ਜਦੋਂ ਜੱਫਾ ਲਾਊਗਾ ਲਓ ਖੇਡ ਮੈਦਾਨ ਦੇ ਵਿੱਚ ਕਹਿੰਦੇ ਨਿੱਕਾ ਜਨੇਤਪੁਰੇ ਵਾਲਾ ਮੇਰੇ ਵੀਰੋ ਲਾ ਕੇ ਤਕੜਾ ਜੱਫਾ ਕਿ ਖੁੱਚ ਪੱਟਣੀ ਤੇ ਬੜੀ ਔਖੀ ਲਾਉਣੀ ਆ ਕਬੱਡੀ ਵਿੱਚ ਧਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ ਜਿਨ੍ਹਾਂ ਦੇ ਮੋਟਰਸਾਈਕਲ ਖੜੇ ਯਾਰ ਹਵਾ ਕਰ ਦਿਓ ਯਾਰ ਇੱਥੇ ਤੇ ਅਗਲੀ ਕਬੱਡੀ ਕਹਿੰਦੇ ਨੌਜਵਾਨ ਗੱਭਰੂ ਨੇ ਇੱਕ ਜ਼ੋਰ ਦੇ ਨਾਲ ਇਸ ਗੱਭਰੂ ਦੀ ਉਮਰ ਗਿਣੀ ਮਿਣੀ ਜਾਵੇ ਕਹਿੰਦੇ ਨੌਜਵਾਨ ਗੱਭਰੂ 19 ਸਾਲਾਂ ਦੀ ਉਮਰ ਆ ਤੇ ਦੋ ਮੋਟਰਸਾਈਕਲਾਂ ਦਾ ਜੇਤੂ ਅੰਤਰ ਜਨੇਤਪੁਰੀ ਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਇੱਕ ਪਾਸੇ ਚੰਨਣ ਵਾਲੀ ਆ ਗੋਪੀ ਤੇ ਨਾਲ ਰੈਸਰੀ ਆ ਰਾਜਾ ਯਾਰ ਹਰਮਨ ਉਹ ਯਾਰ ਵੀਰੇ ਯਾਰ ਕਰ ਦੋ ਸਾਈਡ ਤੇ ਯਾਰ ਗੱਡੀ ਖੜੀ ਆ ਕਦੋਂ ਦੀ ਯਾਰ ਅੰਦਰ ਕਰਾ ਦੇ ਯਾਰ ਯਾਰ ਜਿਹੜੇ ਮੋਟਰਸਾਈਕਲ ਹਵਾ ਕਰ ਦੋ ਯਾਰ ਕਿੰਨੇ ਵਜੇ ਦਾ ਅਨਾਊਂਸਮੈਂਟ ਕਰਤੀ ਆਪਾਂ ਯਾਰ ਲੋਕੀ ਗੇਟਾਂ ਮੂਹਰੇ ਲਈ ਜਾਂਦੇ ਆ ਲੱਖ
खेड मैदान दे विच अगली कबड्डी पाउण दे लई जिहड़े पिंड दा कवि ते मेरे वीरो आम पार्टी दी गल जिवें भी तुरदी आ उसे तरह मेरे वीरो लिखदा सी आम इंसान दे लई ते मेरे वीरो किसानां दी गल कीती आ ते खेड मैदान दे विच मेरे वीरो इसले संतरा मसी नेम गुरु दा बिंदी मेरे वीरो गुरदीप दी कबड्डी ते कोशिश कर रहा है रशीद वाला सिख सरदार मशहूर कबड्डी खिलाड़ी इस वेले कबड्डी पाता हुआ मन्ना मेरी वीओ मन्ने के पिंड के काले ने कबड्डी के बतार कमेंटेटर कुछ अरसे पहला जी मेरी वीओ भम्मीपुर के कबड्डी टूरनामेंट की कमेंटरी की आ खिलाड़ी ने कहते चंदनवाल पिंड मशहूर गेट से आज चंदनवाल वाला गेट से आज उधर मनदीप साडा भरा पहुंची हुई है संगतां दा ते जरूरी कारजां दे लई प्रबंधकां दा ध्यान उधर दवा रहे मनदीप भाई दा भी बहुत बहुत धन्यवाद है सोनी उस वेले कबड्डी पा रहे है ते चार जा फीवे एक पासे नौजवान बिंदी है निका नाल मेरे वीरो अमरू ते निका खारे वाला हुण चार खिलाड़ियों दे विच आपां देखिए उधर नौजवान ने कोशिश कीती वध के खेल कबड्डी दे मैदान दे विच निका जनेतपुरे वाला कोशिश कर रहे है जिस नौजवान बड़े कमाल जो अजकल पंजाब के कबड्डी टूरनामेंटा से इस नौजवान ने कोशिश की अंतर जमेतपुरे वाला कबड्डी पाता हुआ अंतर भी कहते अजकल पूरी चोटी भी खेल खेल रहा मेरे वीरे पहले कबड्डी से रैसर की धरती के चार जा फीवे प्रो लीग खेलने वाला युवराज रैसर वाला वह भी पीली पट्टी के इधर संदीप वर्गे खिलाड़ी सुखदीप हुई मेरे वीरे रैसर वाले भी वजे कैची खेल कबड्डी के मैदान में खिच ऑस्ट्रेलिया वाला नानका पिंड है भम्मीपुरा सोनी का भी कबड्डी 365.com के जरिए जुड़े प्रेस मीडिया इलेक्ट्रॉनिक मीडिया सारे वीरां दा धन्नवाद है राजसरिया जिवें हेलो हेलो हरमन वीर एक मिनट साडे दरम्यान मेंटू सरपंच बीला जी विशेष तौर ते पहुंच चुके हैं मित्र मंडली दे नाल असी कह गांडवा धन्नवाद करते हैं मेंटू सरपंच बीला जी दा बहुत बड़ा सहयोग है इस कबड्डी के टूरनामेंट लई क्लब की तरफों मेंटू सरपंच जी का धन्नवाद है उन्होंने नाल साडे सत्कारयोग सो साडे सोनू दे ते नाल मनजीत धालीवाल दे ते नाल मेरे वीरो सिमन नंदे फ्रेंड दे मेरे वीरो जो कि सीरा सरपंच पट्टिया दविंदर सिंह जी नाल नोनी ते जगराज जी विशेष तौर पर पुजे है सोनू चैकर जी के यूएसए वाले के फ्रेंड ने सोनू चैकर आखदा भी अगे साल आने वाले समय मैं बढ़ चढ़ के माया के गफे हर साल की तरह इस टूरनामेंट लई देवांगा मेंटू सरपंच बिले का असीं धन्नवाद करते हैं मैं गुट ग्राउंड जी इस वे अंतर जनेतपुरे वाला मेरे भी अगली कबड्डी पाता हुआ उधर चार जाती गोपी चंदनवाल का नाल युवराज संदीप ते सुखदीप हुई रैसर की धरती के चार जाफी जो इस वे तैयार ने उधर आत्मा सिंह धालीवाल साडा भरा कैप्टन बलौर सिंह सरपंच होरां दे नाल बैठे मैच का पूरा स्वाद लै रहे ने गोपी चंदनवाल का मेरे वीरो फरदा गुट छुड़ाया गुट इस वे धावी अंतर जनेतपुरे वाला पॉइंट लैके जाता हुआ किरणजीत सिंह जी मिंटू सरपंच बीले वाले अज के इस टूरनामेंट के मुख्य मेहमान वह भी साडे दरम्यान चेचे तौर पर अपने साथियों के नाल पुज चुके ने किरणजीत सिंह जी मिंटू सरपंच का इतने पुजन से समुचे प्रबंधक वीर वालों तह दिलों धन्यवाद किया जा रहा है सामने रैसर वाला नौजवान धावी अगली कबड्डी पाता हुआ कि धावी कहता उधर पाओ मैं कबड्डियां ताकतां दे अज जोर परखे जाने
ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਿਆ ਬੱਬੂ ਨੂੰ ਲਾਇਆ ਜੱਫਾ ਹੈ ਤੇ ਖੇਡ ਮੈਦਾਨ ਦੇ ਵਿੱਚ ਮੰਨੇ ਦੀ ਪਈ ਕਬੱਡੀ ਉੱਧਰ ਮੇਰੇ ਵੀਰੋ ਕੌਂਸਲ ਮੱਲੇ ਵਾਲਾ ਪੱਤਰਕਾਰ ਉਹ ਵੀ ਵਿਸ਼ੇਸ਼ ਤੌਰ ਤੇ ਸਾਡਾ ਯਾਰ ਪੁੱਜਾ ਹੋਇਆ ਹੈ ਤੇ ਸਾਹਮਣੇ ਮੰਨੇ ਦੀ ਪਈ ਕਬੱਡੀ ਤੇ ਵੇਖਦੇ ਆ ਕਿ ਸੁਖਦੀਪ ਸਿੰਘ ਐਸਲੇ ਕਰਦਾ ਹੋਇਆ ਟਰਾਈ ਉੱਧਰ ਜਗਦੀਪ ਸਿੰਘ ਜੀ ਹਾਂਸ ਜੀ ਦਾ ਅਸੀਂ ਕਲੱਬ ਦੀ ਤਰਫੋਂ ਧੰਨਵਾਦ ਕਰਦੇ ਹਾਂ ਜਿੰਨੇ ਵੀ ਮਿੱਤਰ ਮੰਡਲੀ ਪਹੁੰਚਿਆ ਸਾਰਿਆਂ ਦਾ ਧੰਨਵਾਦ ਬੜੀ ਮਿਹਰਬਾਨੀ ਜਗਦੀਪ ਸਿੰਘ ਜੀ ਹਾਂਸ ਅਗਲਾ ਮੈਚ ਗੁਰਜਰੀ ਸਿੰਘ ਵਰਸੋ ਨੰਗਲ ਬਰਨਾਲਾ ਦਾ ਲੈ ਜੀ ਰਾਜੀ ਵੀਰ ਇਕਬਾਲ ਅਗਲਾ ਮੈਚ ਜਿਹੜਾ ਆਪਣੇ ਕੋਲ ਲਾਸਟ ਮੈਚ ਹੈ ਇਸ ਤੋਂ ਬਾਅਦ ਜੇਕਰ ਕੋਈ ਮੈਚ ਹੈਗਾ ਤਾਂ ਉਹ ਦੱਸ ਦਿਓ ਨਹੀਂ ਅਗਲੇ ਰਾਊਂਡ ਦੀਆਂ ਟਾਈਆਂ ਜਿਹੜੀਆਂ ਜ਼ਰੂਰ ਪਾ ਲਈਆਂ ਜਾਣ ਗੁਰਜਰੀ ਸਿੰਘ ਵਰਸੋ ਨੰਗਲ ਬਰਨਾਲੇ ਦੀਆਂ ਟੀਮਾਂ ਦਾ ਇਸ ਲਿਸਟ ਦੇ ਹਿਸਾਬ ਨਾਲ ਜਿਹੜਾ ਲਾਸਟ ਮੁਕਾਬਲਾ ਖੇਡਿਆ ਜਾਵੇਗਾ ਉੱਧਰ ਬਿੱਕੀ ਸਾਡਾ ਵੀਰ ਮੇਰੇ ਵੀਰੋ ਕੈਨੇਡਾ ਵਾਲਾ ਉਹ ਵੀ ਨਿੱਕੇ ਦੇ ਲਈ 200 ਰੁਪਏ ਦੇ ਮਾਨ ਸਨਮਾਨ ਫਿਰ ਘੱਲ ਕੇ ਗਿਆ ਹੈ ਤੇ ਅੰਤਰ ਦੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪੈਂਦੀ ਕਬੱਡੀ ਕਿ ਸਭਨਾਂ ਨਾਲ ਪਿਆਰ ਵਧਾਉਂਦੇ ਹਰ ਇੱਕ ਦਾ ਦੁੱਖ ਵੜਾਉਂਦੇ ਹਿੱਸਾ ਦੇਸ਼ ਕੌਮ ਲਈ ਪਾਉਂਦੇ ਉੱਪਰ ਨੱਚ ਤਲਵਾਰਾਂ ਦੇ ਕਿ ਖੇਡ ਕਬੱਡੀ ਖੇਡਦੇ ਅਣਖੀ ਪੁੱਤ ਸਰਦਾਰਾਂ ਦੇ ਲਓ ਖੇਡ ਮੈਦਾਨ ਦੇ ਵਿੱਚ ਕਹਿੰਦੇ ਸਰਦਾਰ ਸਿੰਘ ਸਿੱਧੂ ਦਾ ਪੁੱਤਰ ਚੰਨਣ ਵਾਲੀ ਆ ਗੋਪੀ ਐਸਲੇ ਕਰਦਾ ਟਰਾਈ ਅਗਲੀ ਕਬੱਡੀ ਪਾਉਣ ਦੇ ਲਈ ਗੁਰਦੀਪ ਰੈਸਰ ਵਾਲਾ ਮੇਰੀ ਵੀਰੋ ਗੁਰਦੀਪ ਸਿੰਘ ਦਾ ਛਾਂਟਿਆ ਹੋਇਆ ਸਰੀਰ ਹੈ ਨੌਜਵਾਨ ਖਿਡਾਰੀ ਦਾ ਇਸ ਵੇਲੇ ਟੇਕਿਆ ਧਰਤੀ ਮਾਂ ਨੂੰ ਮੱਥਾ ਤੇ ਰੈਸਰ ਦੀ ਟੀਮ ਦੀ ਤਰਫੋਂ ਸਾਹਮਣੇ ਅਗਲੀ ਕਬੱਡੀ ਪਾਉਂਦਾ ਹੋਇਆ ਉੱਧਰ ਚਾਰ ਜਾਫੀ ਜਿਹੜੇ ਹਲਕਾ ਹਲਕਾ ਪਿਛਾਂ ਵੱਲ ਨੂੰ ਅੱਡ ਰਹੇ ਨੇ ਨੌਜਵਾਨ ਖਿਡਾਰੀ ਇੱਕ ਕਨੀ ਤੇ ਅਮਰੀ ਹੈ ਨਾਲ ਨਿੱਕਾ ਦੂਸਰੀ ਕਨੀ ਤੇ ਵੀ ਨਿੱਕਾ ਤੇ ਵਿਚਕਾਰ ਬਿੰਦੂ ਹੈ ਖਾੜੇ ਵਾਲੇ ਜੱਟ ਦੇ ਨਾਲ ਮੁਕਾਬਲਾ ਹੋ ਗਿਆ ਪਹਿਲਾਂ ਗੁਰਦੀਪ ਨੇ ਨਿੱਕੇ ਖਾਰੇ ਵਾਲੇ ਤੋਂ ਪੁਆਇੰਟ ਲਿਆ ਸੀ ਪਰ ਹੁਣ ਕੁੰਡੀਆਂ ਦੇ ਸਿੰਘ ਫਸੇ ਨੇ ਇੱਕ ਜ਼ੋਰਦਾਰ ਤਾੜੀ ਮਾਰੋ ਉਸ ਨੌਜਵਾਨ ਖਿਡਾਰੀ ਦੇ ਲਈ ਬਹੁਤ ਵਧੀਆ ਪੁਆਇੰਟ ਜਿਹੜਾ ਨੌਜਵਾਨ ਨੇ ਆਪਣੀ ਟੀਮ ਦੇ ਉੱਤੇ ਜ਼ੋਰ ਦਿੱਤਾ ਮੇਰੇ ਵੀਰੋ ਅਗਲੀ ਕਬੱਡੀ ਮੰਨਾ ਰਹੀਮ ਦੀ ਧਰਤੀ ਆ ਲਓ ਪਾਉਂਦਾ ਕਬੱਡੀ ਵੱਧ ਕਰਕੇ ਨੌਜਵਾਨ ਖਿਡਾਰੀ ਦਰਸ਼ਕਾਂ ਦੇ ਵਿੱਚ ਹੁੱਲੇ ਹਿਲਾ ਰਹੇ ਨੇ ਕਿ ਆਉਂਦਾ ਹੈ ਪੰਜਾਬੀਆਂ ਨੂੰ ਸਵਾਦ ਕਬੱਡੀ ਦੇਖ ਕੇ ਦਰਸ਼ਕ ਮਾਰਦੇ ਨੇ ਤਾੜੀਆਂ ਜਦੋਂ ਕੋਈ ਧਾਵੀ ਪਾਵੇ ਕਬੱਡੀ ਮੱਥਾ ਟੇਕ ਕੇ ਬਾਕੀ ਦਰਸ਼ਕਾਂ ਨੂੰ ਅੱਜ ਇਕੱਲੇ ਇਕੱਲੇ ਮੈਚ ਦਾ ਬੁਰਾ ਸਵਾਦ ਆਉਣ ਵਾਲੀ ਗੱਲ ਹੋਈ ਪਈ ਹੈ ਸੋਨੀ ਘੁੜਸਾਂ ਵਾਲਾ ਇਸ ਵੇਲੇ ਅਗਲੀ ਕਬੱਡੀ ਪਾਉਂਦਾ ਹੋਇਆ ਉੱਧਰ ਚੇਅਰਮੈਨ ਹਰਜੀਤ ਐਂਡ ਫਰੈਂਡਲੀ ਕਬੱਡੀ ਕਲੱਬ ਪੱਤੋ ਊੜਾ ਸਿੰਘ ਕਿਰਨਜੀਤ ਸਿੰਘ ਮਿੰਟੂ ਸਰਪੰਚ ਉਹ ਵੀ ਆਪਣੇ ਸਾਥੀਆਂ ਦੇ ਨਾਲ ਪੁੱਜੇ ਹੋਏ ਨੇ ਵੱਡੇ ਮਾਣ ਵਾਲੀ ਗੱਲ ਹੈ ਉੱਧਰ ਬਿੰਦੂ ਮੇਰੇ ਵੀਰੋ ਬਿੰਦੂ ਇਸ ਵੇਲੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਲਾ ਕੇ ਜੱਫਾ ਪੁਆਇੰਟ ਆਪਣੀ ਟੀਮ ਲਈ ਜੋੜਨ ਦੀ ਕੋਸ਼ਿਸ਼ ਕੀਤੀ ਪਰ ਸੋਨੀ ਨੇ ਮੇਰੇ ਵੀਰੋ ਆਪਣੀ ਟੀਮ ਲਈ ਵਧੀਆ ਜਿਹੜੀ ਕੋਸ਼ਿਸ਼ ਕੀਤੀ ਹੈ ਲੈ ਵੀ ਮਨਦੀਪ ਜਲਦੀ ਦੇ ਨਾਲ ਜਿਹੜੀਆਂ ਟਾਈਆਂ ਆਪਾਂ ਗਰਾਊਂਡ ਦੇ ਵਿੱਚ ਹੀ ਪਾ ਲਈਏ ਨੌਜਵਾਨ ਮਨਦੀਪ ਹੋਣੀ ਬੇਅੰਤ ਹੋਣੀ ਸਾਡੇ ਭਰਾ ਇਸ ਵੇਲੇ ਟਾਈਆਂ ਪਾਉਣ ਜਾ ਰਹੇ ਨੇ ਮੇਰੇ ਵੀਰੋ ਕਿਉਂਕਿ ਵਧੀਆ ਜਿਹੜਾ ਮੇਰੇ ਵੀਰੋ ਸਿਸਟਮ ਇਹਨਾਂ ਨੌਜਵਾਨਾਂ ਨੇ ਰਚਿਆ ਵਾਹਿਗੁਰੂ ਪਰਮਾਤਮਾ ਦੀ ਪਾਰ ਕਿਰਪਾ ਸਾਰੀਆਂ ਟੀਮਾਂ ਦੀਆਂ ਜਿਹੜੀਆਂ ਟਾਈਆਂ ਗਰਾਊਂਡ ਦੇ ਵਿੱਚ ਪਾਈਆਂ ਜਾ ਰਹੀਆਂ ਨੇ ਫਿਰ ਜਰੀ ਸਿੰਘ ਤੇ ਨੰਗਲ ਬਰਨਾਲੇ ਦਾ ਜਿਹੜਾ ਮੈਚ ਅਗਲਾ ਮੈਚ ਹੋਣਾ ਉਸ ਤੋਂ ਬਾਅਦ ਜਿਹੜੀਆਂ ਟੀਮਾਂ ਦੇ ਬਾਕੀ ਰਹਿੰਦੇ ਮੁਕਾਬਲਿਆਂ ਦੀਆਂ ਟਾਈਆਂ ਪਾਈਆਂ ਜਾਣਗੀਆਂ ਇੱਕ ਮੁਕਾਬਲਾ